ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਜਨਤਾ ਦੀ ਆਵਾਜ਼ ਦੇ ਇਸ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ। ਜਿਸ ਤਰ੍ਹਾਂ ਆਪ ਜੀ ਵੇਖ ਰਹੇ ਹੋ, ਵੱਖ ਵੱਖ ਦਰਪੇਸ਼ ਮਸਲੇ ਮਾਮਲੇ ਔਰ ਜਿਹੜੀ ਵੀ ਚੀਜ਼ ਸਾਨੂੰ ਪ੍ਰਭਾਵਿਤ ਕਰਦੀ ਹੈ, ਉਹ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ, ਵੱਖ ਵੱਖ ਪੱਖ ਨੂੰ ਲੈ ਕੇ ਅਸੀਂ ਆਪ ਜੀ ਨਾਲ ਵਿਚਾਰ ਸਾਂਝੇ ਕਰਦੇ ਹਾਂ। ਅੱਜ ਅਸੀਂ ਵਿਚਾਰ ਸਾਂਝੇ ਕਰਾਂਗੇ ਇੱਕ ਐਸੇ ਇਸ਼ੂ ਬਾਰੇ ਜਿਸ ਦਾ ਜ਼ਿਕਰ ਤਕਰੀਬਨ ਹਰ ਕਿਸੇ ਦੀ ਜ਼ਬਾਨ 'ਤੇ ਹੈ, ਹਰ ਕੋਈ ਉਸ ਦਾ ਜ਼ਿਕਰ ਕਰਦਾ ਹੈ ਔਰ ਕਈ ਵਾਰ ਬੜੇ ਫਖਰ ਨਾਲ ਵੀ ਕਰਦਾ ਹੈ। ਔਰ ਉਹ ਹੈ ਕਿ ਕੀ ਹਰਿਮੰਦਰ ਸਾਹਿਬ ਨੂੰ ਵੈਟੀਕਨ ਸਟੇਟਸ ਮਿਲਣਾ ਚਾਹੀਦਾ। ਕਈ ਵਾਰ ਇਹ ਮੰਗ ਉੱਠਦੀ ਹੈ, ਕਈ ਵਾਰ ਇਹ ਗੱਲ ਕੀਤੀ ਜਾਂਦੀ ਹੈ, ਹੋਰ ਤਾਂ ਹੋਰ ਕਈ ਵਾਰ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਖਾਸ ਕਰਕੇ ਜਦੋਂ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਪ੍ਰਧਾਨ ਰਹੇ, ਉਹ ਵੀ ਕਈ ਵਾਰ ਆਪਣੇ ਆਪ ਨੂੰ ਪੋਪ ਅਖਵਾ ਕੇ, ਸਿੱਖਾਂ ਦਾ ਪੋਪ ਅਖਵਾ ਕੇ ਖੁਸ਼ੀ ਮਹਿਸੂਸ ਕਰਦੇ ਸਨ। ਫਿਰ ਕਈ ਵਾਰ ਜ਼ਿਕਰ ਹੁੰਦਾ ਹੈ ਕਿ ਸਾਡੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ ਪੋਪ ਵਰਗਾ ਹੈ, ਹਰਿਮੰਦਰ ਸਾਹਿਬ ਦਾ ਰੁਤਬਾ ਪੋਪ ਵੈਟੀਕਨ ਵਰਗਾ ਹੈ। ਪਰ ਕੀ ਇਹ ਕੰਪੈਰੀਜ਼ਨ ਸਹੀ ਹੈ? ਕੀ ਇਹ ਉਪਮਾ ਸਹੀ ਹੈ? ਕੀ ਇਹ ਤੁਲਨਾ ਠੀਕ ਹੈ? ਵੈਟੀਕਨ ਕੀ ਹੈ? ਵੈਟੀਕਨ ਦਾ ਦਰਜਾ ਕੀ ਹੈ? ਵੈਟੀਕਨ ਦਾ ਸਟੇਟਸ ਕਿਸ ਤਰ੍ਹਾਂ ਬਣਿਆ ਹੈ? ਕੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਸਦਾ ਰੁਤਬਾ ਵੈਟੀਕਨ ਵਰਗਾ ਹੈ? ਆਮ ਤੌਰ ਦੇ ਉੱਤੇ ਧਾਰਮਿਕ ਧਰਾਤਲ ਦੇ ਉੱਤੇ ਕਦੇ ਵੀ ਤੁਲਨਾਤਮਕ ਜਾਂ ਤੁਲਨਾ ਕਰਨੀ ਉਹ ਸਹੀ ਨਹੀਂ ਹੁੰਦੀ। ਪਰ ਕਿਸੇ ਚੀਜ਼ ਨੂੰ ਸਮਝਣ ਲਈ ਜੇਕਰ ਉਸਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਉਹ ਲਾਹੇਵੰਦ ਹੁੰਦਾ ਹੈ। ਵੈਟੀਕਨ ਦੇ ਬਾਰੇ ਇਹ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਮੈਂ ਖੁਦ ਪਿੱਛੇ ਜਿਹੇ ਵੈਟੀਕਨ ਗਿਆ ਸੀ ਔਰ ਰੋਮ ਦੇ ਵਿੱਚ 5 ਦਿਨ ਰਹਿ ਕੇ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਇੰਟਰ ਰਿਲੀਜੀਅਸ ਕਾਉਂਸਲ ਹੈ, ਜਿਹੜੀ ਕਿ ਵੱਖ ਵੱਖ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਦੀ ਹੈ, ਵੱਖ ਵੱਖ ਧਰਮਾਂ ਦੇ ਨਾਲ ਆਪਸ ਦੇ ਵਿੱਚ ਡਾਇਲਾਗ ਦਾ ਉਹਨਾਂ ਦਾ ਪ੍ਰੋਪਰ ਇੱਕ ਕਾਉਂਸਲ ਬਣਾਈ ਹੋਈ ਹੈ। ਔਰ ਉਸ ਦੇ ਜੋ ਮੁਖੀ ਹਨ ਉਹ ਕਾਰਡੀਨਲ ਹਨ, ਕਾਰਡੀਨਲ ਯਾਨ ਲੂਈ ਉਸਦੇ ਹੈੱਡ ਹਨ। ਉਹ ਜਿਹੜੀ ਪੋਂਟੀਫਿਕਲ ਕਾਉਂਸਲ ਆਫ ਇੰਟਰ ਰਿਲੀਜੀਅਸ ਡਾਇਲਾਗ ਹੈ ਔਰ ਉਹ ਕਾਫੀ ਵੱਡਾ ਉਹਨਾਂ ਦਾ ਮਹਿਕਮਾ ਹੈ। ਔਰ ਜਿਸ ਦੇ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਨਾਲ ਹਨ ਜਿਹੜੇ ਕਿ ਆਰਕ ਬਿਸ਼ਪ ਲੂਈਜੀ ਚਲਾਟਾ, ਉਹਨਾਂ ਨਾਲ ਪੂਰੀ ਉਹਨਾਂ ਦੀ ਟੀਮ ਸੀ, ਉਹਨਾਂ ਨਾਲ ਵੀ ਗੱਲਬਾਤ ਹੋਈ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਤੌਰੇ ਨਾਮਜ਼ਦ ਕੀਤਾ ਸੀ ਆਪਣੇ ਦੂਤ ਦੇ ਤੌਰ 'ਤੇ। ਸੋ ਉਸ ਹੈਸੀਅਤ ਵਿੱਚ ਜਦੋਂ ਵੈਟੀਕਨ ਦੇ ਵਿੱਚ ਉਹਨਾਂ ਦੀ ਕਾਉਂਸਲ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਈ ਵਾਰ ਕਈ ਸਿੱਖ ਆਏ, ਉਹਨਾਂ ਨਾਲ ਮੁਲਾਕਾਤ ਵੀ ਹੋਈ, ਪਰ ਉਹ ਸਿਰਫ ਇੱਕ ਮਹਿਜ਼ ਰਸਮੀ ਮੁਲਾਕਾਤ ਤੱਕ ਹੀ ਰਹਿ ਗਈ। ਉਸ ਦੇ ਬਾਅਦ ਉਹਨਾਂ ਨੇ ਕਦੀ ਕੋਈ ਫੋਲੋਅਪ ਨਹੀਂ ਹੋਇਆ, ਜਿਸ ਚੀਜ਼ ਦੀ ਵਾਰ ਵਾਰ ਲੋੜ ਮਹਿਸੂਸ ਕੀਤੀ ਜਾਂਦੀ ਹੈ, ਕਾਰਵਾਈ ਅਤੇ ਪੈਰਵਾਈ ਰਜਿਸਟਰ ਦੀ, ਉਹ ਨਹੀਂ ਹੋਇਆ। ਉਸ ਕੌਂਸਲ ਨੇ ਇੱਕ ਕਿਤਾਬ, ਛੋਟੀ ਜਿਹੀ ਕਿਤਾਬ ਸਿੱਖ ਧਰਮ ਬਾਰੇ ਵੀ ਛਾਪੀ, ਪਰ ਉਸ ਵਿੱਚ ਕਾਫੀ ਗਲਤੀਆਂ ਸਨ। ਸੋ ਬੜੀ ਹੈਰਾਨੀ ਹੋਈ ਕਿ ਇਤਨੀ ਵੱਡੀ ਕੌਂਸਲ, ਇਤਨਾ ਵੱਡਾ ਉਹਨਾਂ ਦਾ ਬਜਟ ਔਰ ਜਿਹੜੀ ਇੱਕ ਪੂਰੀ ਸਟੇਟ ਹੈ, ਅਗਰ ਉਹਨਾਂ ਦੇ ਕੋਲੋਂ ਇਸ ਤਰ੍ਹਾਂ ਦੀਆਂ ਛੋਟੀਆਂ ਜਿਹੀਆਂ ਗਲਤੀਆਂ ਹੋਈਆਂ। ਪਰ ਲੋੜ ਹੈ ਉਸ ਇੰਟਰ ਰਿਲੀਜੀਅਸ ਡਾਇਲਾਗ ਨੂੰ ਵਧਾਉਣ ਦੀ, ਔਰ ਇਹ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਚੇਤਨਤਾ ਪੈਦਾ ਕਰੀਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਗੱਲ ਕੀਤੀ ਸੀ ਕਿ ਵੱਖ ਵੱਖ ਧਰਮਾਂ ਦੇ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਉਹਨਾਂ ਨੇ ਡਾਇਲਾਗ ਕੀਤਾ ਸੀ ਔਰ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਸੀ, ਸ਼ਾਸਤਰਾਰਥ ਨਹੀਂ ਕੀਤਾ। ਕਿਸੇ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਨੇ ਸ਼ਾਸਤਰਾਰਥ ਨਹੀਂ ਕੀਤਾ, ਪਰ ਉਹਨਾਂ ਨੇ ਗੱਲਬਾਤ ਜ਼ਰੂਰ ਕੀਤੀ, ਵਿਚਾਰ ਜ਼ਰੂਰ ਕੀਤੀ। ਸੋ ਉਸ ਮਕਸਦ ਨਾਲ ਉਹ ਫੇਰੀ
वैटिकन की जिहड़ी 5 दिन की रोम की फेरी सी वह काफ़ी कामयाब कही जा सकती है। सो उत्थे जा के जो वेख्या और वैटिकन का दर्जा की है वो अज आप नाल सांझे करांगे और उस दे बाद फिर ये गल करनी कि की सानू ये गल कहनी चाहिदी है कि सचखंड श्री हरिमंदर साहब नू वैटिकन का दर्जा दिता जाए या सिंह साहिबान नू पोप का दर्जा दिता जाए। जे एक लफज विच इसका जवाब होए तो बिल्कुल नहीं, कदापि नहीं, क्योंकि वैटिकन एक वक् है, उसका मकसद वक्रा है, उन्हों का निशाना वक्रा है, उसकी डायमेंशनस वक्रिया हैं, पर सचखंड श्री हरिमंदर साहब बिल्कुल एक वक् तरातल दे उते है। असी शुरुआत करांगे सब तो पहला कुछ तस्वीरां दे नाल। जिहड़ी पहली तस्वीर आप वेख रहे हो ए वैटिकन दा उन्हां दा स्टेट दा अपना साइन है। वैटिकन दरअसल एक स्टेट है, एक कंट्री कह लो, और जेकर कह लिया जाए दुनिया दे सब तो छोटे देश दी गल कीती जाए, जिहड़ा दुनिया दा सब तो छोटा मुल्क है तां ओ वैटिकन है, जिसका टोटल रकबा एक मुरबा मील या एक स्क्वायर माइल के करीब है। दूसरी जो स्टेट है इस तो बाद थोड़ी वड्डी जिहड़ी आती है दूसरे नंबर के उत्ते वो मोनैको स्टेट है। 1540 और 1640 के विचकार वैटिकन की स्थापना की गई। 7 पहाड़ियों के उत्ते जो शहर वसिया रोम शहर, इस दे विच इस वैटिकन नू स्टेट का दर्जा हिटलर दे साथी मुसोलिनी ने 1929 दे विच लैटरल ट्रीटी करके इस नू स्टेटहुड का दर्जा दिता गया। और एक ऐसा मुल्क है जिस दी किसे पासे एक पासे इस दी लंबाई 1 किलोमीटर है और चौड़ाई 1 किलोमीटर तो घट है। 108 एकड़ दे विच वसिया होया ये मुल्क, सिर्फ 108 एकड़ दे विच ये मुल्क है और 44 हेक्टेयर दे विच ये मुल्क वसिया होया है। इसका अपना पोस्ट ऑफिस है, इसका अपना सिक्का है, इन्हों का अपना कम्युनिकेशन सिस्टम है, पर इसनू इस दे कोल अपना रेलवे स्टेशन या अपना कोई सी पोर्ट या होर कोई कम्युनिकेशन का साधन नहीं। वैटिकन सिटी एक वर्ल्ड सिटी है जिहड़ा कि कंपलैक्स है, जिहड़ा कि रोम शहर दे विच इटली की राजधानी रोम दे विच ए छोटा जिहा कंपलैक्स वसिया होया है। और इस दे टोटल इस दे वसनीकां की गिणती तकरीबन 800 दे करीब है जिहड़े इत्थे दे निवासी हैं, पर नैचुरली ये थां इतनी घट हो जाती है इन्हां नूं अपने काम काज लई कि इस तो 4 गुणा जगह इन्हां ने बाहर रोम शहर दे विच लई हुई है। इन्हां दे सारे दफ्तर वो रोम शहर दे अंदर ही हैं। पर जिहड़ी सब तो वड्डी चीज़ है कि हज़रत ईसा मसीह उन्हां दा जन्म स्थान या उन्हां दा शहीदी स्थान जिथे उन्हां नूं सूली दे उत्ते चढ़ाया गया सी वह दोनों ही जैरूशलम दे विच हन, पर उत्थे ये स्थान उस तो काफ़ी दूर रोम दे विच ए सेंट पीटर जिहड़े उन्हां दे अनुयायी सन जिन्हां ने ईसाईयत दा प्रचार कीता और इसकी स्थापना की। वैटिकन जिहड़ा सेंट पीटर चर्च है उस दे विच सेंट पीटर की कबर है, ना केवल उन्हां दी कबर है बल्कि होर भी कई जिहड़े पोप होए हैं जिहड़े उन्हां दे पूजनीक पोप होए हैं उन्हां सारयां दीयां कबरां उस पवित्र वैटिकन शहर दे विच हैं। वैटिकन सारी ईसाईयत का केंद्र नहीं, सारी ईसाईयत लई पवित्र नहीं, ईसाईयत दे कई होर फिरके हैं
ਜਿਹੜੇ ਕੈਥੋਲਿਕਸ ਨੂੰ ਨਹੀਂ ਮੰਨਦੇ, ਜਿਸ ਤਰ੍ਹਾਂ ਯਹੋਵਾਜ਼ ਵਿਟਨੈਸ ਹੈ ਜਾਂ ਆਰਥੋਡਾਕਸ ਕ੍ਰਿਸਚਨਸ ਹਨ, ਸੀਰੀਅਨ ਕ੍ਰਿਸਚਨਸ ਹਨ, ਜਿਸ ਤਰ੍ਹਾਂ ਹਿੰਦੁਸਤਾਨ ਦਾ ਫਿਰਕਾ ਹੈ, ਹੋਰ ਵੀ ਕਈ ਹਨ, ਪਰ ਪ੍ਰੋਟੈਸਟੈਂਟ ਵੀ ਹਨ, ਕਈ ਹਨ, ਪਰ ਇਹ ਸਥਾਨ ਕੈਥੋਲਿਕਸ ਜਿਹੜੇ ਕਿ ਈਸਾਈਅਤ ਦੇ ਮੈਜੋਰਿਟੀ ਰਿਲੀਜਨ ਹੈ, ਈਸਾਈ ਧਰਮ ਦੇ ਮੰਨਣ ਵਾਲੇ ਜ਼ਿਆਦਾਤਰ ਪੈਰੋਕਾਰ ਉਹ ਕੈਥੋਲਿਕ ਹਨ, ਉਹਨਾਂ ਦਾ ਇਹ ਪਵਿੱਤਰ ਸਥਾਨ ਹੈ ਔਰ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਇੱਕ ਟੂਰਿਸਟ ਅਟਰੈਕਸ਼ਨ ਸੈਂਟਰ ਵੀ ਕਹਿ ਲਿਆ ਜਾਏ, ਜਿੱਥੇ ਦੁਨੀਆ ਦੇ ਯਾਤਰੀ ਇੱਥੇ ਲਗਾਤਾਰ ਆਉਂਦੇ ਹਨ। ਔਰ ਉਹ ਸੈਂਟ ਪੀਟਰ ਚਰਚ, ਉਸਦਾ ਵਿਹੜਾ, ਉਸਦਾ ਦਾਲਾਨ, ਜਿਸ ਦੇ ਇੱਕ ਪਾਸਿਓਂ ਪੋਪ ਦੀ ਚੋਣ ਹੁੰਦੀ ਹੈ ਔਰ ਉਸ ਦੇ ਵਿੱਚੋਂ ਜਦੋਂ ਸਾਰੇ ਕਾਰਡੀਨਲ ਮਿਲ ਕੇ, ਜਿਹੜੇ ਕਾਰਡੀਨਲ ਹਨ ਉਹ ਸਾਰੇ ਇਕੱਠੇ ਹੁੰਦੇ ਹਨ, ਉਸ ਕਮਰੇ 'ਚ ਬੰਦ ਹੋ ਜਾਂਦੇ ਹਨ, ਉਹ ਆਪਸ ਵਿੱਚ ਨਿਰਣਾ ਕਰਦੇ ਹਨ। ਕਾਰਡੀਨਲ ਦੇ ਵਿੱਚੋਂ ਹੀ ਪੋਪ ਦੀ ਚੋਣ ਹੁੰਦੀ ਹੈ ਔਰ ਉਹ ਜਿਸ ਵੇਲੇ ਫੈਸਲਾ ਕਰ ਲੈਂਦੇ ਹਨ ਤਾਂ ਉਸ ਵੇਲੇ ਉਹ ਇੱਕ ਕਾਗਜ਼ ਜਲਾਉਂਦੇ ਹਨ ਜਿਸ ਦੇ ਵਿੱਚੋਂ ਧੂੰਆਂ ਨਿਕਲਦਾ ਹੈ, ਤਾਂ ਉਹ ਪੋਪ ਜਿਹੜਾ ਨਵਾਂ ਚੁਣਿਆ ਹੋਇਆ ਪੋਪ ਹੈ, ਉਹ ਉਸ ਤੋਂ ਬਾਅਦ ਖਿੜਕੀ 'ਚੋਂ, ਉਸ ਚੌਰੋਖੇ 'ਚੋਂ ਬਾਹਰ ਆ ਕੇ ਉਹ ਜਿਹੜੀ ਆਡੀਅੰਸ ਹੈ, ਜਿਹੜੇ ਉਹਨਾਂ ਦੇ ਪੈਰੋਕਾਰ ਹਨ, ਉਹਨਾਂ ਨੂੰ ਵੇਵ ਕਰਦਾ ਹੈ, ਉਹਨਾਂ ਨੂੰ ਇਸ਼ਾਰਾ ਕਰਦਾ ਹੈ, ਉਹਨਾਂ ਦੀਆਂ ਦੁਆਵਾਂ, ਉਹਨਾਂ ਦੇ ਸਲਾਮ ਕਬੂਲ ਕਰਦਾ ਹੈ। ਔਰ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਉਹ ਪੋਪ ਸਰਵਮਾਨ ਹੋ ਜਾਂਦਾ ਹੈ, ਪਰ ਉਸ ਰੁਤਬੇ ਨੂੰ ਕਾਇਮ ਰੱਖਣਾ, ਉਹ ਹੈੱਡ ਆਫ ਦੀ ਸਟੇਟ ਹੈ ਔਰ ਉਸ ਰੁਤਬੇ ਨੂੰ ਉਹ ਕਾਇਮ ਵੀ ਰੱਖਦਾ ਹੈ। ਪੋਪ ਜਿੱਥੇ ਕਿਧਰੇ ਜਾਂਦਾ ਹੈ ਤਾਂ ਉਸਦਾ ਬਕਾਇਦਾ ਪ੍ਰੋਗਰਾਮ ਬਣਦਾ ਹੈ, ਜਿਸ ਤਰ੍ਹਾਂ ਕਿਸੇ ਹੈੱਡ ਆਫ ਦੀ ਸਟੇਟ ਦਾ ਪ੍ਰੋਗਰਾਮ ਹੁੰਦਾ ਹੈ। ਕਿਧਰੇ ਵੀ ਬਿਨਾਂ ਪ੍ਰੋਗਰਾਮ ਦੇ ਜਾਂ ਵੈਸੇ ਕਿਸੇ ਦੇ ਸੱਦੇ ਦੇ ਉੱਤੇ ਜਾਂ ਵੈਸੇ ਕੋਈ ਮਿਲਣ ਜਾਏ ਤਾਂ ਉਸਨੂੰ ਨਹੀਂ ਮਿਲਦਾ। ਬਕਾਇਦਾ ਉਹਨਾਂ ਦੇ ਕਾਉਂਸਲ ਹਨ, ਡਿਪਾਰਟਮੈਂਟ ਹਨ, ਜਿਹੜੇ ਉਹਨਾਂ ਦਾ ਪੂਰਾ ਪ੍ਰੋਗਰਾਮ ਤੈਅ ਕਰਦੇ ਹਨ ਔਰ ਮਿੱਥੇ ਹੋਏ ਏਜੰਡੇ ਮੁਤਾਬਕ ਉਸਦੇ ਉੱਤੇ ਗੱਲਬਾਤ ਕਰਦੀ ਹੈ। ਔਰ ਇਹ ਸਾਰੀ ਗੱਲਬਾਤ ਇਤਨੇ ਸ਼ਹਾਨਾ ਔਰ ਸ਼ਾਹੀ ਅੰਦਾਜ਼ ਵਿੱਚ ਹੁੰਦੀ ਹੈ ਕਿ ਪੋਪ ਹੋ ਜਾਣਾ ਔਰ ਉਸ ਰੁਤਬੇ ਨੂੰ ਕਾਇਮ ਰੱਖਣਾ, ਇਹ ਉਸ ਸਿਸਟਮ ਦੀ ਸ਼ਾਬਾਸ਼ੀ ਹੈ ਕਿ ਜਿਹੜਾ ਉਸ ਸਿਸਟਮ ਨੂੰ ਕਾਇਮ ਰੱਖ ਰਹੇ ਹਨ। ਪਰ ਫਿਰ ਗੱਲ ਉੱਥੇ ਆ ਰਹੀ ਹੈ ਕਿ ਵੈਟੀਕਨ, ਉਹਨਾਂ ਪੋਪ, ਉਹਨਾਂ ਦੀਆਂ ਉਹਦੇ ਵਿੱਚ ਕਬਰਾਂ ਹਨ, ਉਸਨੂੰ ਉਸਦੇ ਨਾਲ ਹੀ ਸਿਸਟਾਈਨ ਚਰਚ ਹੈ, ਜਿਹੜਾ ਕਿ ਮੁੱਢਲੇ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਮਿਊਜ਼ੀਅਮ ਹੈ, ਇੱਕ ਸ਼ਾਨਦਾਰ ਅਜਾਇਬ ਘਰ ਹੈ, ਜਿਸ ਵਿੱਚ ਦੁਨੀਆ ਦੇ ਵੱਖ ਵੱਖ ਥਾਵਾਂ ਤੋਂ, ਵੱਖ ਵੱਖ ਜਗ੍ਹਾ ਤੋਂ ਲਿਆ ਕੇ ਉਹ ਮੂਰਤੀਆਂ ਔਰ ਹੋਰ ਕਲਾਕ੍ਰਿਤੀਆਂ ਉਹਨਾਂ ਵਿੱਚ ਲਗਾਈਆਂ ਗਈਆਂ ਹਨ, ਜਿਸ ਦੇ ਵਿੱਚ ਏਸ਼ੀਆ ਤੋਂ, ਅਫਰੀਕਾ ਤੋਂ ਔਰ ਹੋਰ ਸਾਰੇ ਮੁਲਕਾਂ ਦੇ ਵਿੱਚੋਂ ਉਹ ਲਿਆ ਕੇ ਉਹਨਾਂ ਨੇ ਉੱਥੇ ਸਥਾਪਿਤ ਕੀਤੀਆਂ ਹਨ। ਸੋ ਮੁੱਢਲੇ ਤੌਰ ਦੇ ਉੱਤੇ ਵੈਟੀਕਨ ਨੂੰ ਅਗਰ ਦੋ ਲਫ਼ਜ਼ਾਂ ਵਿੱਚ ਕਿਹਾ ਜਾਏ ਤਾਂ ਉਹ ਉਹਨਾਂ ਦੇ ਧਾਰਮਿਕ ਸਥਾਨ ਹੋਣ ਦੇ ਨਾਲ ਨਾਲ ਮੁੱਖ ਤੌਰ ਦੇ ਉੱਤੇ ਉਹਨਾਂ ਪੋਪ ਦੀ ਆਖਰੀ ਆਰਾਮਗਾਹ ਜਾਂ ਜਿੱਥੇ ਉਹਨਾਂ ਦੀਆਂ ਕਬਰਾਂ ਹਨ ਅਤੇ ਜਾਂ ਇੱਕ ਮਿਊਜ਼ੀਅਮ ਹੈ। ਪਰ ਦੂਸਰੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਦੀ ਸਥਾਪਨਾ ਖੁਦ ਗੁਰੂ ਸਾਹਿਬ ਨੇ ਕੀਤੀ, ਜਿਸ ਜਗ੍ਹਾ ਦੀ ਚੋਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਕੀਤੀ, ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ ਜਿਸ ਸਰੋਵਰ ਨੂੰ ਉਸਦਾ ਕੰਮ ਆਰੰਭਿਆ, ਜਿਸ ਸਰੋਵਰ ਦੀ ਰਚਨਾ, ਜਿਸ ਸਰੋਵਰ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਮੁਕੰਮਲ ਕਰਾਇਆ, ਜਿਸ ਨਗਰੀ ਨੂੰ ਵਸਾਇਆ, ਜਿਸ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਸਥਾਨ ਨੂੰ ਆਪਣੀ ਸ਼ਹਾਦਤ ਦੇ ਨਾਲ, ਆਪਣੇ ਖੂਨ ਦੇ ਨਾਲ ਸਿੰਜਿਆ, ਜਿਸ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ ਔਰ ਪੀਰੀ ਦਾ ਉਹ ਮਹਾਨ ਸੰਕਲਪ ਪੂਰਾ ਕੀਤਾ ਗਿਆ, ਉਹ ਇੱਕ ਲਿਵਿੰਗ ਸਥਾਨ ਹੈ, ਇੱਕ ਲਿਵਿੰਗ ਜਗ੍ਹਾ ਹੈ ਔਰ ਉਹ ਇੱਕ ਪੂਜਾ ਦਾ, ਇੱਕ ਆਰਾਧਨਾ ਦਾ, ਇੱਕ ਰੱਬ ਦੀ ਸਤੁਤੀ ਦਾ, ਰੱਬ ਦੇ ਆਰਾਧਨਾ ਦਾ ਉਹ ਇੱਕ ਲਗਾਤਾਰ ਕੇਂਦਰ ਬਿੰਦੂ ਹੈ। ਇਸ ਕਰਕੇ ਉਸ ਦੀ ਤੁਲਨਾ, ਜਾਂ ਕਹਿ ਲਿਆ ਜਾਏ ਕਿ ਵੈਟੀਕਨ ਦੀ ਤੁਲਨਾ ਹਰਿਮੰਦਰ ਸਾਹਿਬ ਨਾਲ ਕਰਨੀ ਗਲਤ ਹੈ, ਜਾਂ ਹਰਿਮੰਦਰ ਸਾਹਿਬ ਦੀ ਤੁਲਨਾ ਵੈਟੀਕਨ ਨਾਲ ਕਰਨੀ
ਦੋਨੋਂ ਹੀ ਗਲਤ ਹੋਏਗੀ। ਦੋਨਾਂ ਆਪਣੀ ਆਪਣੀ ਥਾਂ ਦੇ ਉੱਤੇ ਹਨ। ਸੋ ਹਰਿਮੰਦਰ ਸਾਹਿਬ ਦੀ ਤੁਲਨਾ ਕਿਸੇ ਨਿਰਜੀਵ ਜਾਂ ਹੋਰ ਕਿਸੇ ਮਿਊਜ਼ੀਅਮ ਦੇ ਨਾਲ ਕਰਨੀ ਉਹਨਾਂ ਲਈ ਬਹੁਤ ਪਵਿੱਤਰ ਹੈ, ਈਸਾਈਅਤ ਲਈ, ਔਰ ਉਹਨਾਂ ਦਾ ਕੇਂਦਰੀ ਤੁਰਾ ਹੈ। ਪਰ ਇਹ ਤੁਲਨਾ ਜਿਹੜੀ ਹੈ ਅਸੰਗਿਕ ਹੋਏਗੀ, ਪ੍ਰਸੰਗਿਕ ਨਹੀਂ ਕਹੀ ਜਾ ਸਕਦੀ। ਇਸ ਤੋਂ ਅਗਲੀ ਤਸਵੀਰ ਅਸੀਂ ਕੁਛ ਤਸਵੀਰਾਂ ਵੇਖਾਂਗੇ ਔਰ ਇਸ ਮਸਲੇ ਨੂੰ, ਇਸ ਇਸ਼ੂ ਨੂੰ ਕਿ ਬਾਰ ਬਾਰ ਜਿਹੜਾ ਕਿਹਾ ਜਾਂਦਾ ਕਿ ਜਥੇਦਾਰ ਦਾ ਰੁਤਬਾ ਪੋਪ ਵਰਗਾ ਹੈ ਔਰ ਉਹ ਵੀ ਕਵਾ ਕੇ ਖੁਸ਼ ਹੁੰਦੇ ਹਨ, ਪਰ ਕਦੇ ਇਹ ਨਹੀਂ ਸੁਣਿਆ ਕਿ ਪੋਪ ਨੇ ਕਿਹਾ ਹੋਏ ਕਿ ਮੈਂ ਵੀ ਈਸਾਈ, ਮੈਂ ਸਿੱਖਾਂ ਦਾ ਜਥੇਦਾਰ ਦਾ ਰੁਤਬਾ ਮੇਰੇ ਵਰਗਾ ਹੈ ਜਾਂ ਮੇਰਾ ਰੁਤਬਾ ਜਥੇਦਾਰ ਅਕਾਲ ਤਖਤ ਸਾਹਿਬ ਵਰਗਾ ਹੈ, ਜੋ ਕਿ ਦੋਨਾਂ ਦੀ ਕੰਪੈਰੀਜ਼ਨ ਹੋ ਨਹੀਂ ਸਕਦੀ। ਜਿਹੜੀ ਅਗਲੀ ਤਸਵੀਰ ਹੈ ਇਹ ਉਹਨਾਂ ਦੀ ਆਪਣੀ ਸਿਕਿਉਰਿਟੀ ਗਾਰਡ ਸਨ ਜਿਹੜੇ ਕਿ ਜ਼ਿਆਦਾਤਰ ਸਵਿਟਜ਼ਰਲੈਂਡ ਦੇ ਹਨ, ਇਹ ਸਵਿਸ ਹਨ। ਹਾਲਾਂ ਉਹਨਾਂ ਦੀ ਆਪਣੀ ਜ਼ਬਾਨ ਉਹ ਜੋ ਹੈ ਉਹ ਲੈਟਿਨ ਹੈ ਜਾਂ ਇਟਾਲੀਅਨ, ਇਤਾਲਵੀ ਜ਼ਬਾਨ ਬੋਲਦੇ ਹਨ, ਪਰ ਇਹ ਸਿਕਿਉਰਿਟੀ ਗਾਰਡ ਇਹਨਾਂ ਦੀ ਜ਼ਬਾਨ ਜ਼ਿਆਦਾਤਰ ਦੀ ਡੱਚ ਜਾਂ ਜਰਮਨ ਹਨ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਮੇਨ ਵੈਟੀਕਨ ਹੈ ਜਿਹੜਾ ਕਿ ਸੈਂਟ ਪੀਟਰ ਚਰਚ ਹੈ। ਇੱਕ ਬਹੁਤ ਆਲੀਸ਼ਾਨ ਔਰ ਸ਼ਾਨਦਾਰ ਇਮਾਰਤ ਹੈ ਜਿਸ ਦੇ ਵਿੱਚ ਸੈਂਟ ਪੀਟਰ ਦੀ ਕਬਰਗਾਹ ਔਰ ਇਸ ਦੇ ਨਾਲ ਦੀ ਇਮਾਰਤ ਦੇ ਵਿੱਚ ਉਹ ਸਿਸਟਾਈਨ ਚੈਪਲ ਜਿਸ ਦੇ ਵਿੱਚ ਸ਼ਾਨਦਾਰ ਮਿਊਜ਼ੀਅਮ ਹੈ ਜਿਸ ਵਿੱਚ ਉਹ ਸਾਰੀਆਂ ਕਲਾਕ੍ਰਿਤੀਆਂ ਅਤੇ ਮਾਈਕਲ ਐਂਜਲੋ ਜਿਹੜਾ ਵਿਸ਼ਵ ਪ੍ਰਸਿੱਧ ਕਲਾਕਾਰ ਹੋਇਆ ਹੈ ਉਸ ਦੀਆਂ ਬਣਾਈਆਂ ਹੋਏ ਚਿੱਤਰ ਜਿਹੜੇ ਈਸਾ ਮਸੀਹ ਦੇ ਜਾਂ ਬਾਈਬਲ ਦੀ ਆਧਾਰਿਤ ਉਹ ਜਿਹੜੀਆਂ ਸਾਖੀਆਂ ਹਨ ਉਹਨਾਂ ਨੂੰ ਦੀਵਾਰਾਂ ਦੇ ਉੱਤੇ ਔਰ ਛੱਤ ਦੇ ਉੱਤੇ ਜਿਸ ਢੰਗ ਨਾਲ ਉਸਨੇ ਉਕਰਿਆ ਹੈ ਉਹ ਵੇਖਣ ਵਾਲਾ ਹੈ। ਦਰਅਸਲ ਚਰਚ ਦੇ ਵਿੱਚ ਕਈ ਥਾਵਾਂ ਦੇ ਹੋਰ ਡੈਨਮਾਰਕ ਵਗੈਰਾ ਜਾਂ ਹੋਰ ਵੀ ਤੁਸੀਂ ਰਿਮੋਟ ਏਰੀਏ ਵਿੱਚ ਜਾਓ, ਯੂਰਪ ਦੇ ਪੁਰਾਣੇ ਚਰਚਾਂ ਵਿੱਚ ਜਾਓ ਜਿਹੜੇ ਹਜ਼ਾਰ ਹਜ਼ਾਰ ਸਾਲ ਪੁਰਾਣੇ ਚਰਚ ਹਨ, ਉਹਨਾਂ ਦੀਵਾਰਾਂ ਦੇ ਉੱਤੇ ਬਾਈਬਲ ਦੀਆਂ ਕਹਾਣੀਆਂ ਜਾਂ ਹਜ਼ਰਤ ਈਸਾ ਮਸੀਹ ਦੇ ਜੀਵਨ ਦਾ ਚਰਿੱਤਰ ਉਹ ਚਿੱਤਰਾਂ ਰਾਹੀਂ ਅੰਕਿਤ ਕੀਤਾ ਹੁੰਦਾ ਸੀ। ਉਹਨਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਇਹ ਕਿਉਂ ਕਰਦੇ ਹੋ ਤਾਂ ਉਹਨਾਂ ਦਾ ਜਵਾਬ ਬੜਾ ਸਿੱਧਾ ਸੀ ਕਿ ਵੱਖ ਵੱਖ ਇਲਾਕਿਆਂ ਦੇ ਲੋਕ, ਕੋਈ ਡੱਚ ਹਨ, ਕੋਈ ਜਰਮਨ ਹਨ, ਕੋਈ ਸਵਿਸ ਹਨ, ਉਹ ਯੂਰਪ ਦੇ ਵੱਖ ਵੱਖ ਇਲਾਕਿਆਂ ਤੋਂ ਜਾਂ ਹੋਰ ਮੁਲਕਾਂ ਤੋਂ ਆਉਂਦੇ ਹਨ। ਜ਼ਬਾਨ ਦੀ ਸਾਂਝ ਕਰਨੀ ਜਾਂ ਉਹਨਾਂ ਨੂੰ ਪੜ੍ਹਾਉਣਾ ਜਾਂ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਇੱਕ ਤਸਵੀਰ ਬਹੁਤ ਕੁਝ ਕਹਿ ਜਾਂਦੀ ਹੈ। ਔਰ ਇਹ ਗੱਲ ਕਾਫੀ ਸਹੀ ਹੈ ਕਿ ਇੱਕ ਭਾਈ ਤਾਰੂ ਸਿੰਘ ਦੀ ਤਸਵੀਰ, ਇੱਕ ਭਾਈ ਦਿਆਲਾ ਜੀ ਦੀ ਤਸਵੀਰ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੋ ਸ਼ਹਾਦਤ ਦੀ ਤਸਵੀਰ, ਉਹ ਬਹੁਤ ਕੁਝ ਕਹਿ ਜਾਂਦੀ ਹੈ, ਉਸ ਤੋਂ ਕੁਝ ਕਹਿਣ ਦੀ ਲੋੜ ਨਹੀਂ ਰਹਿ ਜਾਂਦੀ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਅਗਲੀ ਤਸਵੀਰ ਇਹ ਰਾਤ ਦਾ ਚਿੰਨ੍ਹ ਹੈ ਜਿਹੜਾ ਕਿ ਸੈਂਟ ਪੀਟਰ ਚਰਚ ਦਾ ਹੈ, ਪਰ ਇਸ ਦੇ ਮੁਕਾਬਲੇ ਦੇ ਉੱਤੇ ਜਿਸ ਤਰ੍ਹਾਂ ਆਪ ਨੇ ਵੇਖਿਆ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਨਿਸ਼ਾਨ ਸੀ, ਇਨਸਿਗਨੀਆ ਸੀ ਜਿਹੜਾ ਕਿ ਸੈਂਟ ਪੀਟਰ ਦਾ ਸੀ, ਪਰ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਅਗਲੀ ਤਸਵੀਰ ਵਿੱਚ ਆਪਣਾ ਚਿੰਨ੍ਹ ਹੈ। ਇਹ ਮੀਰੀ ਪੀਰੀ ਦਾ ਸੰਕਲਪ ਹੈ ਜਿਹੜਾ ਕਿ ਦਰਸਾਉਂਦਾ ਹੈ ਕਿ ਇਹ ਇੱਕ ਜ਼ਿੰਦਾ ਔਰ ਲਿਵਿੰਗ ਸਥਾਨ ਹੈ ਜਿੱਥੋਂ ਅੱਜ ਵੀ ਔਰ ਤੁਰ ਤੋਂ ਹੀ ਇਹ ਫੈਸਲੇ ਪੰਥ ਦੇ ਹੁੰਦੇ ਆਏ ਹਨ। ਈਸਾਈਅਤ ਲਈ, ਕੈਥੋਲਿਕਸ ਲਈ, ਈਸਾਈਅਤ ਦੇ ਇੱਕ ਹਿੱਸੇ, ਨਾ ਕਿ ਸਾਰੀ ਈਸਾਈਅਤ ਲਈ, ਜਿਹੜਾ ਸੈਂਟ ਪੀਟਰ ਚਰਚ ਜਾਂ ਵੈਟੀਕਨ ਹੈ ਉਹ ਆਦੇਸ਼ ਕਾਫੀ ਮਹਿਮੀਅਤ ਰੱਖਦਾ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸਾਰੇ ਸਿੱਖ ਜਗਤ ਲਈ ਹੈ। ਜਾਂ ਇਹ ਕਹਿ ਲਿਆ ਜਾਏ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਨਹੀਂ ਮੰਨਦਾ ਉਹ ਆਪਣੇ ਆਪ ਹੀ ਇਹ ਐਲਾਨ ਕਰਦਾ ਹੈ ਕਿ ਮੈਂ ਸਿੱਖ ਨਹੀਂ ਹਾਂ। ਇਸ ਤੋਂ ਅਗਲੀ ਤਸਵੀਰ ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ, ਜਿਹੜੇ ਹੁਣ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਹਨ, ਇਹ ਜਦੋਂ ਪਿਛਲੇ ਪੋਪ ਨੂੰ ਮਿਲੇ ਸਨ, ਇਹ ਉਸ ਵੇਲੇ ਦੀ ਇੱਕ ਤਸਵੀਰ ਹੈ। ਲੋੜ ਹੈ ਕਿ ਇਸ ਗੱਲ ਨੂੰ ਸਮਝਣ ਦੀ ਕਿ ਇਹ ਡਾਇਲਾਗ ਜ਼ਰੂਰ ਹੋਣਾ ਚਾਹੀਦਾ ਹੈ, ਇੰਟਰਫੇਥ ਡਾਇਲਾਗ,
ਉਹਨਾਂ ਨੇ ਤਾਂ ਵੈਟੀਕਨ ਨੇ ਆਪਣੀ ਇੱਕ ਕੌਂਸਲ ਬਣਾ ਲਈ ਹੈ, ਪਰ ਜੇਕਰ ਸਾਡੀ ਤਰਫੋਂ ਵੀ ਆਪਣੀ ਗੱਲ ਉਹਨਾਂ ਨੂੰ ਦੱਸੀ ਜਾਏ ਕਿ ਅਸੀਂ ਕੀ ਚਾਹੁੰਦੇ ਹਾਂ, ਤਾਂ ਕਿ ਉਹਨਾਂ ਦੇ ਸਾਨੂੰ ਜਿੱਥੇ ਵਾਰ ਵਾਰ ਹਰ ਜਗ੍ਹਾ ਦੇ ਉੱਤੇ ਮਸਲੇ ਪੇਸ਼ ਆਉਂਦੇ ਹਨ, ਕਦੀ ਦਸਤਾਰ ਦਾ ਹੈ, ਕਦੀ ਕਿਰਪਾਨ ਦਾ ਹੈ, ਕਦੀ ਕੜੇ ਦਾ ਹੈ, ਕਦੀ ਹੋਰ ਕਿਸੇ ਚੀਜ਼ ਦਾ ਹੈ, ਕਦੀ ਕੇਸਾਂ ਦਾ ਹੈ, ਅਤੇ ਜੇਕਰ ਉਹਨਾਂ ਨੂੰ ਅਗਰ ਇਸ ਗੱਲ ਦੀ ਤਸੱਲੀ ਕਰਾ ਦਿੱਤੀ ਜਾਏ ਤਾਂ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਲਾਹੇਵੰਦ ਹੋਏਗਾ। ਬਲਕਿ ਪਿਛਲੀ ਮੀਟਿੰਗ ਦੇ ਵਿੱਚ ਵੀ ਜਦੋਂ ਉਹਨਾਂ ਦੀ ਪੋਂਟੀਫਿਕਲ ਕਾਉਂਸਲ ਦਾ ਮੀਟਿੰਗ ਹੋਈ ਤਾਂ ਉਹ ਕਹਿਣ ਲੱਗੇ ਕਿ ਯੂਰਪ ਦੇ ਵਿੱਚ ਤਾਂ ਕੋਈ ਵਿਤਕਰਾ ਨਹੀਂ ਹੈ ਸਿੱਖਾਂ ਨਾਲ। ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਸਾਨੂੰ ਤਾਂ ਹਮੇਸ਼ਾ ਆਪਣੀ ਪਛਾਣ ਦਾ ਹੀ ਆਪਣੀ ਲੜਾਈ ਛੇੜਨੀ ਪੈਂਦੀ ਹੈ, ਸਾਨੂੰ ਤਾਂ ਆਪਣੀ ਪਛਾਣ ਦੇ ਉੱਤੇ ਹੀ ਹਰ ਵੇਲੇ ਜੂਝਣਾ ਪੈਂਦਾ ਹੈ, ਤਾਂ ਉਹ ਯਾਨ ਲੂਈ ਜਿਹੜੇ ਹਿਜ਼ ਐਕਸੀਲੈਂਸੀ ਯਾਨ ਲੂਈ ਕਹਿਣ ਲੱਗੇ, ਕਹਿੰਦੇ ਇੱਥੇ ਤਾਂ ਕੋਈ ਐਸਾ ਮਸਲਾ ਨਹੀਂ। ਤਾਂ ਉਹਨਾਂ ਨੂੰ ਜਦੋਂ ਕਿਹਾ ਕਿ ਬਾਕੀ ਯੂਰਪ ਦਾ ਤਾਂ ਨਹੀਂ ਪਤਾ ਪਰ ਵੈਟੀਕਨ ਦੇ ਵਿੱਚ ਜ਼ਰੂਰ ਵਿਤਕਰਾ ਹੈ, ਤਾਂ ਇੱਕਦਮ ਕਹਿਣ ਲੱਗੇ ਕਿਸ ਤਰ੍ਹਾਂ। ਉਹਨਾਂ ਨੂੰ ਕਿਹਾ ਹੁਣ ਤੁਸੀਂ ਕਹੋਗੇ ਕਿ ਜੇ ਵੈਟੀਕਨ ਜਾਣਾ ਹੈ ਤਾਂ ਆਪਣੀ ਕਿਰਪਾਨ ਉਤਾਰ ਕੇ ਜਾਓ। ਬਹੁਤ ਗੰਭੀਰ ਹੋ ਗਏ, ਕਹਿਣ ਲੱਗੇ ਉਹ ਤਾਂ ਇਟਲੀ ਸਰਕਾਰ ਦੇ ਅੰਡਰ ਹੈ, ਉੱਥੇ ਇਟਲੀ ਦੀ ਪੁਲਿਸ ਹੈ। ਉਹਨਾਂ ਨੂੰ ਕਿਹਾ ਪਰ ਹੈ ਤਾਂ ਉਹ ਸਟੇਟ ਤੁਹਾਡੇ ਅੰਡਰ ਹੈ। ਬਹੁਤ ਗੰਭੀਰ ਹੋ ਗਏ ਔਰ ਉਹਨਾਂ ਨੇ ਉਸੇ ਵੇਲੇ ਗੱਲਬਾਤ ਕੀਤੀ ਆਪਣੇ ਸਹਾਇਕਾਂ ਦੇ ਨਾਲ, ਔਰ ਉਹਨਾਂ ਨੇ ਉਸ ਵੇਲੇ ਕਹਿ ਕੇ ਨਾਲ ਦੋ ਪਾਦਰੀ ਭੇਜੇ ਕਿ ਤੁਸੀਂ ਆਪਣੀ ਸ੍ਰੀ ਸਾਹਿਬ ਦੇ ਨਾਲ ਅੰਦਰ ਜਾ ਸਕਦੇ ਹੋ, ਔਰ ਉਹ ਸਪੈਸ਼ਲ ਉਹਨਾਂ ਨੇ ਪ੍ਰਬੰਧ ਕੀਤਾ। ਗੱਲ ਕੇਵਲ ਇੱਕ ਟੋਕਨ ਹੈ, ਇੱਕ ਸੰਕੇਤਕ ਇਹ ਗੱਲ ਸੀ। ਸੋ ਜੇਕਰ ਲੋੜ ਆਪਣੇ ਢੰਗ ਦੇ ਨਾਲ ਸਾਡੀ ਹਾਈਐਸਟ ਅਥਾਰਿਟੀ ਵੀ ਉਹਨਾਂ ਨੂੰ ਇਸ ਮਸਲੇ 'ਤੇ ਜਾਣੂ ਕਰਵਾਏ, ਜੋ ਕਿ ਪੋਪ ਦਾ ਰੁਤਬਾ ਹੈ, ਪੋਪ ਦਾ ਸਿੱਕਾ ਹੈ, ਪੋਪ ਦੀ ਗੱਲ ਹੈ, ਜੇ ਉਹਨਾਂ ਦੇ ਰਾਹੀਂ ਉਸ ਦਫ਼ਤਰ ਨੂੰ ਇਸਤੇਮਾਲ ਕੀਤਾ ਜਾਏ ਤਾਂ ਇਸ ਦੇ ਵਿੱਚ ਕੋਈ ਹਰਜ ਨਹੀਂ, ਬਲਕਿ ਇੱਕ ਚੰਗੀ ਗੱਲ ਹੋਏਗੀ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ, ਇਹ ਮੁਸੋਲਨੀ ਦੀ ਹੈ, ਜਿਹੜਾ ਹਿਟਲਰ ਦਾ ਸਾਥੀ ਸੀ, ਜਿਸਨੇ ਰੋਮ ਨੂੰ ਜਿਸਨੇ ਰੋਮ ਦੇ ਵਿੱਚ ਵੈਟੀਕਨ ਨੂੰ ਇੱਕ ਸਟੇਟ ਦਾ ਦਰਜਾ ਦਿੱਤਾ ਸੀ, ਪਰ ਬਾਅਦ ਵਿੱਚ ਮੁਸੋਲਨੀ ਨੂੰ ਜਿਸ ਤਰ੍ਹਾਂ ਦੇ ਹਾਲਾਤ ਬਦਲੇ, ਉਸ ਲੜਾਈ ਦੇ ਬਾਅਦ ਵਰਲਡ ਵਾਰ ਦੇ ਬਾਅਦ ਮੁਸੋਲਨੀ ਨੂੰ ਗੋਲੀ ਮਾਰ ਕੇ ਉੱਥੇ ਪੁੱਠਾ ਟੰਗ ਦਿੱਤਾ ਗਿਆ ਸੀ। ਖੈਰ, ਅਗਲੀ ਤਸਵੀਰ ਜਿਹੜੀ ਹੈ ਵੈਟੀਕਨ ਦੀ ਆਪਨੇ ਵੇਖੀ ਹੈ। ਅਗਲੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹੜਾ ਕਿ ਹਰ ਵੇਲੇ 24 ਘੰਟੇ ਜਿੱਥੇ ਕੀਰਤਨ ਹੁੰਦਾ ਹੈ, ਜਿੱਥੇ ਨਿਰੋਲ ਕੀਰਤਨ ਦੀ ਧੁਨੀ ਲੱਗਦੀ ਹੈ, ਔਰ ਜਿਸ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖਾਂ ਦੀ ਜ਼ਿੰਦਗੀ ਦੇ ਸਾਰੇ ਨਿਰਣੇ ਹੁੰਦੇ ਹਨ। ਇਸ ਤੋਂ ਅਗਲੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਹ ਤਸਵੀਰ ਹੈ, ਜਿਹੜੇ ਕਿ ਉਸ ਪਾਵਨ ਸਰੋਵਰ ਦੀ ਹੈ, ਜਿਸ ਕੰਪਲੈਕਸ ਨੂੰ, ਪੂਰੇ ਕੰਪਲੈਕਸ ਦੀ ਇਹ ਤਸਵੀਰ ਹੈ, ਜਿਸ ਦੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਇਸ ਤੋਂ ਅਗਲੀ ਤਸਵੀਰ ਦਰਬਾਰ ਸਾਹਿਬ ਦੇ ਅੰਦਰ ਦੀ ਹੈ, ਔਰ ਅਗਲੀ ਤਸਵੀਰ ਆਪ ਵੇਖ ਰਹੇ ਹੋ ਕਿਸ ਅਗਲੀ ਤਸਵੀਰ ਦੇ ਵਿੱਚ ਕਿਸ ਸ਼ਰਧਾ ਦੇ ਨਾਲ ਉਸ ਦਰਸ਼ਨੀ ਡਿਉੜੀ ਦੇ ਉੱਤੇ ਹਰ ਸਿੱਖ ਨਤਮਸਤਕ ਹੋ ਕੇ ਉੱਥੇ ਦੀ ਚਰਨ ਤੂੜ ਲੈਂਦਾ ਹੈ। ਇਹ ਰੁਤਬਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹੈ, ਪਰ ਇਸ ਦੇ ਮੁਕਾਬਲੇ ਦੇ ਉੱਤੇ ਦੂਸਰੇ ਪਾਸੇ ਵੈਟੀਕਨ ਇੱਕ ਵੱਖ ਚੀਜ਼ ਹੈ। ਜਿਸ ਤਰ੍ਹਾਂ ਦੱਸਿਆ ਹੈ, ਉਸਦੇ ਮਿਊਜ਼ੀਅਮ ਆਲਾ ਮਿਊਜ਼ੀਅਮ ਹਨ, ਦੁਨੀਆ ਦੇ ਸ਼ਾਇਦ ਹੋਰ ਕਿਧਰੇ ਇਤਨੀ ਸ਼ਾਨਦਾਰ ਕਲਾਕ੍ਰਿਤੀਆਂ ਨਾ ਹੋਣ ਜਿਹੜੀਆਂ ਕਿ ਵੈਟੀਕਨ ਨੇ ਸਾਂਭ ਕੇ ਰੱਖੀਆਂ ਹਨ। ਅਸੀਂ ਕੁਛ ਤਸਵੀਰਾਂ ਰਾਹੀਂ ਆਪ ਨੂੰ ਉਹਨਾਂ ਮਿਊਜ਼ੀਅਮ ਦੇ ਬਾਰੇ ਵੀ ਜਾਣਕਾਰੀ ਦੇਣੀ ਚਾਹਾਂਗੇ। ਜਿਸ ਤਰ੍ਹਾਂ ਅਗਲੀ ਤਸਵੀਰ ਆਪ ਵੇਖ ਰਹੇ ਹੋ, ਇਹ ਉਸ ਮਿਊਜ਼ੀਅਮ ਦੀਆਂ ਦੀਵਾਰਾਂ ਦੇ ਉੱਤੇ ਜਿਹੜੀਆਂ ਹਨ ਉਹ ਸਾਰੀ ਬਾਈਬਲ ਦੀਆਂ ਸਟੋਰੀਜ਼ ਬਣਾਈਆਂ ਗਈਆਂ ਹਨ। ਇਸ ਤੋਂ ਲਗਾਤਾਰ ਆਪ ਨੂੰ ਇਹ ਤਸਵੀਰਾਂ ਵਿਖਾਈਆਂ ਜਾਂਦੀਆਂ ਹਨ, ਜਿਹੜੀ ਉਸ ਮਿਊਜ਼ੀਅਮ ਦੀਆਂ ਵਿੱਚ ਕਲਾਕ੍ਰਿਤੀਆਂ ਔਰ ਜਿਹੜੀਆਂ ਸ਼ਾਨਦਾਰ ਕਲਾਕ੍ਰਿਤੀਆਂ ਹਨ ਜਿਹੜੀਆਂ ਉਸ ਮਿਊਜ਼ੀਅਮ ਦੇ ਵਿੱਚ ਸਾਂਭ ਕੇ ਰੱਖੀਆਂ ਹਨ। ਇਹ ਵੈਟੀਕਨ, ਸੈਂਟ ਪੀਟਰ ਚਰਚ ਔਰ ਜਿਹੜਾ ਸਿਸਟਾਈਨ ਚੈਪਲ ਦੇ ਵਿੱਚ ਇਹ ਸਾਰਾ ਕੁਝ ਹੈ।
ਔਰ ਇਹ ਸਾਰੇ ਦੀ ਸਾਰੀ ਜਿਹੜੀ ਹੈ ਇਹ ਬਾਈਬਲ ਦੀਆਂ ਉਹ ਸਾਰੀਆਂ ਗਾਥਾਵਾਂ ਹਨ ਜਿਹੜੀਆਂ ਕਿ ਉਸ ਦੇ ਦੀਵਾਰਾਂ ਦੇ ਉੱਤੇ ਔਰ ਛੱਤਾਂ ਦੇ ਉੱਤੇ ਅੰਕਿਤ ਕੀਤੀਆਂ ਗਈਆਂ ਹਨ। ਇਹ ਤਸਵੀਰ ਬਹੁਤ ਅਹਿਮ ਹੈ ਜਿਹੜੀ ਕਿ ਜਿਸ ਨੂੰ ਜੈਨੇਸਿਸ ਕਿਹਾ ਜਾਂਦਾ ਹੈ ਕਿ ਜਦੋਂ ਬਾਈਬਲ ਦੀ ਕਹਾਣੀ ਦੇ ਮੁਤਾਬਕ ਜਦੋਂ ਰੱਬ ਨੇ ਸਭ ਤੋਂ ਪਹਿਲੇ ਇਨਸਾਨ ਨੂੰ ਜਦੋਂ ਬਣਾਇਆ ਤਾਂ ਉਸ ਵੇਲੇ ਐਡਮ ਨੂੰ ਬਣਾਇਆ ਜਾਂ ਜਿਸ ਨੂੰ ਬਾਬਾ ਆਦਮ ਕਹਿੰਦੇ ਹਨ ਤਾਂ ਰੱਬ ਉਸ ਨੂੰ ਆਪਣੀ ਸ਼ਕਤੀ ਦੇ ਰਿਹਾ ਹੈ, ਆਪਣੀ ਪਾਵਰ ਦੇ ਰਿਹਾ ਹੈ। ਇਹ ਜੋ ਤਸਵੀਰ ਹਨ ਇਹਨਾਂ ਤਸਵੀਰਾਂ ਦੇ ਵਿੱਚ ਕਈ ਦਫ਼ਾ ਲੱਗੇਗਾ ਕਿ ਬਹੁਤ ਖੁੱਲ੍ਹੀਆਂ ਤਸਵੀਰਾਂ ਹਨ। ਹਾਲਾਂ ਸ਼ੁਰੂ ਵਿੱਚ ਮਾਈਕਲ ਐਂਜਲੋ ਨੂੰ ਵੀ ਇਤਰਾਜ਼ ਹੋਇਆ ਸੀ ਕਿ ਮੈਂ ਐਸੀਆਂ ਤਸਵੀਰਾਂ ਕਿਉਂ ਬਣਾਵਾਂ, ਪਰ ਜਿਸ ਤਰ੍ਹਾਂ ਸੂਝਵਾਨ ਜਾਣਦੇ ਹਨ ਕਿ ਅਸ਼ਲੀਲਤਾ ਦੀ ਪਰਿਭਾਸ਼ਾ ਹੁੰਦੀ ਹੈ ਜਿਹੜਾ ਕਿਸੇ ਦੀ ਮੰਦੀ ਭਾਵਨਾ ਨੂੰ ਉਕਸਾਉਣ ਦੀ ਕੋਸ਼ਿਸ਼ ਕਰੇ, ਪਰ ਜੇਕਰ ਸਹੀ ਭਾਵਨਾ ਦੇ ਨਾਲ ਉਹਨਾਂ ਦੀਵਾਰਾਂ ਦੇ ਉੱਤੇ, ਉਹਨਾਂ ਛੱਤਾਂ ਦੇ ਉੱਤੇ ਔਰ ਇਤਨੇ ਵੇਰਵੇ ਸਹਿਤ ਉਹ 50-50 ਫੁੱਟ ਵੱਡੀਆਂ ਉਹ ਤਸਵੀਰਾਂ ਹਨ, ਪਰ ਕਦੀ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿਉਂਕਿ ਭਾਵਨਾ ਸਹੀ ਹੈ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਵੀ ਉਸ ਵੇਲੇ ਦੀ ਜੈਨੇਸਿਸ ਦੀ, ਐਕਸੋਡਸ ਦੀ, ਤਾਂ ਕਿ ਜਿਸ ਵੇਲੇ ਇਨਸਾਨ ਨੂੰ ਬਾਹਰ ਕੱਢਿਆ ਗਿਆ ਔਰ ਉੱਥੋਂ ਸਵਰਗ ਦੇ ਵਿੱਚੋਂ ਜਦੋਂ ਕੀਤਾ, ਇਸ ਤੋਂ ਬਾਅਦ ਦੀਆਂ ਜਿਹੜੀਆਂ ਤਿੰਨ ਤਸਵੀਰਾਂ ਹਨ ਇਹ ਉਸੇ ਪੂਰੀ ਇਹ ਐਕਸੋਡਸ ਹੈ ਜਦੋਂ ਰੱਬ ਨੇ ਉਸ ਐਡਮ ਨੂੰ ਉਸਦੀ ਜਦੋਂ ਪਸਲੀ ਦੇ ਨਾਲ ਈਵ ਬਣਾਈ, ਆਦਮ ਤੋਂ ਹੱਵਾ ਬਣਾਇਆ, ਪਰ ਉਸ ਦੇ ਬਾਅਦ ਜਦੋਂ ਉਸਨੂੰ ਮਨ੍ਹਾ ਕੀਤਾ ਤਾਂ ਉਸਨੇ ਉਹ ਫਿਰ ਜਿਹੜਾ ਫਲ ਖਾਧਾ ਤਾਂ ਉਸਨੂੰ ਨਰਕ ਸਵਰਗ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹ ਤਸਵੀਰ ਇੱਥੇ ਐਡਮ ਐਂਡ ਈਵ ਦੀ ਐਕਸੋਡਸ ਦੀ ਉਹ ਸਾਰੀਆਂ ਬਣਾਈਆਂ ਹਨ। ਇਸ ਤੋਂ ਅਗਲੀ ਤਸਵੀਰ ਔਰ ਇਹ ਪੂਰੀ ਦੀ ਪੂਰੀ ਇਮਾਰਤ ਦੇ ਵਿੱਚ ਇਹ ਜੋ ਕਲਾਕ੍ਰਿਤੀਆਂ ਬਣੀਆਂ ਹਨ ਇੱਕ ਇੱਕ ਤਸਵੀਰ ਜਿਹੜੀ ਹੈ ਜੇ ਉਸਨੂੰ ਬਲੋ ਅਪ ਕੀਤਾ ਜਾਏ ਤਾਂ ਉਹ ਕਿਹਾ ਜਾ ਸਕਦਾ ਹੈ ਹਜ਼ਾਰਾਂ ਹੀ ਤਸਵੀਰਾਂ ਹਨ। ਇਸ ਤੋਂ ਅਗਲੀ ਤਸਵੀਰ ਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਮੀਟਿੰਗ ਹੋਈ ਸੀ ਜਦੋਂ ਇਹ ਉਹਨਾਂ ਦੀ ਪੋਂਟੀਫਿਕਲ ਕਾਉਂਸਲ ਦੀ ਯਾਨ ਜਿਹੜੇ ਹਿਜ਼ ਹਾਈਨੈਸ ਹਿਜ਼ ਐਕਸੀਲੈਂਸੀ ਯਾਨ ਲੂਈ ਮੌਨਸੀਨੀਅਰ ਲੂਈ ਜੀ ਚਲਾਟਾ, ਇਹ ਤਿੰਨ ਚਾਰ ਤਸਵੀਰਾਂ ਉਸ ਮੀਟਿੰਗ ਦੀਆਂ ਹਨ। ਅਗਲੀ ਤਸਵੀਰ ਇਹ ਉਹਨਾਂ ਨੇ ਕੁਛ ਬੁੱਕਸ ਜਿਹੜੀਆਂ ਵੈਟੀਕਨ ਬਾਰੇ ਔਰ ਜਿਹੜੀ ਸਿੱਖਇਜ਼ਮ ਬਾਰੇ ਸੀ ਉਹ ਵੀ ਉਹਨਾਂ ਨੇ ਦਿੱਤੀ। ਅਤੇ ਅਗਲੀਆਂ ਦੋ ਤਿੰਨ ਤਸਵੀਰਾਂ ਉਸ ਮੀਟਿੰਗ ਦੀਆਂ ਹਨ। ਇਹ ਯਾਨ ਲੂਈ ਹਨ ਜਿਹੜੇ ਉਹਨਾਂ ਦੀ ਪੋਂਟੀਫਿਕਲ ਕਾਉਂਸਲ ਦੇ ਚੇਅਰਮੈਨ ਹਨ। ਇਸ ਤੋਂ ਬਾਅਦ ਇਹ ਗਰੁੱਪ ਫੋਟੋ ਹੈ ਜਿਹੜੀ ਕਿ ਉਹਨਾਂ ਦੇ ਹੋਰ ਅਫਸਰਾਂ ਦੇ ਨਾਲ ਹਨ। ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਵੇਖ ਰਹੇ ਹੋ ਇਹ ਸੈਂਟ ਪੀਟਰ ਚਰਚ ਦੇ ਵਿੱਚ ਜਿਤਨੇ ਵੀ ਪੋਪ ਹੋ ਚੁੱਕੇ ਹਨ ਉਹ ਸਾਰਿਆਂ ਦਾ ਪੂਰਾ ਉਹ ਰਿਕਾਰਡ ਹੈ। ਔਰ ਸਭ ਤੋਂ ਵੱਡੀ ਚੀਜ਼ ਜੋ ਹੈ ਕਿ ਸਭ ਤੋਂ ਵੱਡੀ ਚੀਜ਼ ਕਿ ਉਸ ਸੈਂਟ ਪੀਟਰ ਚਰਚ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਵੇਰਵਾ, ਪੂਰਾ ਰਿਕਾਰਡ, ਇੱਕ ਇੱਕ ਚੀਜ਼ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ, ਉਹਨਾਂ ਦੇ ਆਰਕਾਈਵ ਵਿੱਚ ਸਾਂਭਿਆ ਹੋਇਆ ਹੈ। ਸਾਨੂੰ ਉਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿ ਕਿਸ ਢੰਗ ਦੇ ਨਾਲ ਉਹਨਾਂ ਨੇ ਹਰ ਚੀਜ਼ ਨੂੰ ਸਾਂਭ ਕੇ ਰੱਖਿਆ ਹੈ। ਪਰ ਸ਼ਾਇਦ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਕਉ ਕਿਸੂ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਇਹ ਜੋ ਹੁਕਮ ਹੈ, ਇਹ ਜੋ ਚੇਤਨਤਾ ਦੇ ਵਿੱਚ ਵਸਿਆ ਹੋਇਆ ਹੈ, ਸ਼ਾਇਦ ਕੀ ਇਸ ਕਰਕੇ ਕਿ ਉਸ ਰਾਜ ਕਰਕੇ ਜਾਂ ਉਹ ਸਟੇਟ ਹੋਣ ਕਰਕੇ ਸਾਂਭ ਸਕੇ ਹਨ, ਪਰ ਕੇਵਲ ਉਸ ਨਾਲ ਨਹੀਂ, ਉਹਨਾਂ ਦੀ ਆਪਣੀ ਚੇਤਨਤਾ ਵੀ ਕੰਮ ਕਰਦੀ ਹੈ ਜੇ ਉਹ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦੇ ਹਨ।
ਇਸ ਤੋਂ ਅਗਲੀ ਤਸਵੀਰ ਜਿਹੜੀ ਆ ਵੇਖ ਰਹੇ ਹੋ ਇਹ ਉੱਥੇ ਦੀਆਂ ਕੁਛ ਮੂਰਤੀਆਂ ਹਨ ਜਿਹੜੀ ਹਨ ਔਰ ਇਸ ਤੋਂ ਜਿਹੜੀ ਅਗਲੀ ਤਸਵੀਰ ਹੈ ਇਹ ਸੈਂਟ ਪੀਟਰ ਦਾ ਜਿਹੜਾ ਮੇਨ ਵੈਟੀਕਨ ਦੇ ਅੰਦਰ ਦਾ ਹੈ ਪਰ ਜਿਸ ਤਰ੍ਹਾਂ ਆਪਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜੋ ਮਾਹੌਲ ਦੇਖਿਆ ਕਿ ਜਿੱਥੇ ਕੀਰਤਨ ਔਰ ਕਿਸ ਸ਼ਰਧਾ ਨਾਲ ਸਾਰੇ ਨਤਮਸਤਕ ਹੋ ਕੇ ਬੈਠ ਕੇ ਕੀਰਤਨ ਸੁਣਦੇ ਹਨ ਪਰ ਇਹ ਕਿਸਮ ਦੀ ਤਫਰੀਗਾ ਵਰਗੀ ਜਗ੍ਹਾ ਹੈ ਜਿੱਥੇ ਕਿ ਲੋਕ ਕੇਵਲ ਉਸ ਸਥਾਨ ਨੂੰ ਵੇਖਣ ਲਈ ਜਿਵੇਂ ਕਿਸੇ ਮਿਊਜ਼ੀਅਮ ਨੂੰ ਵੇਖਣ ਲਈ ਆਇਆ ਜਾਂਦਾ ਹੈ। ਇਸ ਤੋਂ ਅਗਲੀ ਤਸਵੀਰ ਜਿਹੜੀਆਂ ਹਨ ਉਹ ਚਾਰ ਪੰਜ ਤਸਵੀਰਾਂ ਦੇ ਵਿੱਚ ਆਪ ਵੇਖ ਰਹੇ ਹੋ ਇਹ ਸੈਂਟ ਪੀਟਰ ਦੀ ਔਰ ਹੋਰ ਪੋਪ ਜਿਹੜੇ ਹਨ ਉਹਨਾਂ ਦੀਆਂ ਕਬਰਾਂ ਜਿਹੜੀਆਂ ਉਸ ਦੇ ਅੰਦਰ ਬਣੀਆਂ ਹਨ। ਸੋ ਇਸ ਦੇ ਨਾਲ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਾਂ ਹਰਿਮੰਦਰ ਸਾਹਿਬ ਨੂੰ ਇਸ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਐਸਾ ਸਟੇਟਸ ਹਰਿਮੰਦਰ ਸਾਹਿਬ ਦਾ ਨਹੀਂ ਸੋਚਿਆ ਜਾ ਸਕਦਾ। ਇਸ ਤੋਂ ਅਗਲੀ ਤਸਵੀਰ ਜਿਹੜੀ ਹੈ ਇਹ ਮੁੱਖ ਸਥਾਨ ਹੈ ਜਿੱਥੇ ਕਿ ਸੈਂਟ ਪੀਟਰ ਦੀ ਕਬਰ ਹੈ ਜਿਹੜੀ ਕਿ ਜਿਨ੍ਹਾਂ ਨੇ ਇਸ ਸਥਾਨ ਨੂੰ ਜਿਨ੍ਹਾਂ ਦੇ ਨਾਂ ਦੇ ਉੱਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਆਪ ਦੇਖੋਗੇ ਅਗਲੀ ਤਸਵੀਰ ਵਿੱਚ ਵੀ ਜੋ ਉੱਥੇ ਦੇ ਮਾਹੌਲ ਹੈ ਉਸ ਦੇ ਅੰਦਰ ਦਾ ਲੋਕ ਉੱਥੇ ਦੀਆਂ ਕਲਾਕ੍ਰਿਤੀਆਂ ਔਰ ਪੇਂਟਿੰਗਸ ਨੂੰ ਵੇਖ ਰਹੇ ਹਨ। ਇਸ ਤੋਂ ਬਾਅਦ ਦੀਆਂ ਜਿਹੜੀਆਂ ਕੁਛ ਤਸਵੀਰਾਂ ਆਪ ਜ਼ਰਾ ਤੇਜ਼ੀ ਨਾਲ ਵੇਖੋਗੇ ਕਿ ਜਿਹੜੀਆਂ ਦੁਨੀਆ ਦੀਆਂ ਮਹਾਨ ਕਲਾਕ੍ਰਿਤੀਆਂ ਉਹਨਾਂ ਨੇ ਸਾਂਭ ਕੇ ਰੱਖੀਆਂ ਹਨ ਜਿਹੜੀਆਂ ਉਸ ਸਥਾਨ ਦੇ ਉੱਤੇ ਸਜਾ ਕੇ ਰੱਖੀਆਂ ਹਨ ਔਰ ਇੱਕ ਇਨਸਾਨੀਅਤ ਦਾ ਮਾਨਵਤਾ ਦਾ ਉਹ ਬਹੁਤ ਵੱਡਾ ਅਨਮੋਲ ਖਜ਼ਾਨਾ ਹੈ ਔਰ ਜੇ ਕਿਸੇ ਨੇ ਵਾਕਈ ਹੀ ਹਿਊਮੈਨਿਟੀ ਨੂੰ ਸਟੱਡੀ ਕਰਨਾ ਹੈ ਉਸ ਲਈ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜਾ ਕਿ ਉਹ ਵੇਖ ਸਕੇ। ਸੋ ਆਪ ਇਹਨਾਂ ਸਾਰੀਆਂ ਤਸਵੀਰਾਂ ਰਾਹੀਂ ਇਹ ਅਖੀਰ ਦੇ ਵਿੱਚ ਇਹ ਉਹ ਵਿਹੜਾ ਹੈ ਜਿਸ ਜਗ੍ਹਾ ਦੇ ਉੱਤੇ ਆ ਕੇ ਤਾਂ ਜਿਸ ਥਾਂ ਦੇ ਉੱਤੋਂ ਪੋਪ ਦੀ ਚੋਣ ਹੁੰਦੀ ਹੈ ਉਸਦਾ ਲੋਕ ਬੈਠਦੇ ਹਨ ਔਰ ਜਿਹੜੀ ਆਡੀਅੰਸ ਰਿਲੀਜੀਅਸ ਆਡੀਅੰਸ ਉੱਥੇ ਬੈਠਦੀ ਹੈ ਇਸ ਚੌਕ ਦੇ ਵਿੱਚ ਔਰ ਉੱਤੋਂ ਪੋਪ ਜਿਹੜੇ ਹਨ ਉਹ ਆਪਣੀ ਇਮਾਰਤ ਦੇ ਵਿੱਚੋਂ ਉਸ ਦੇ ਵਿੱਚੋਂ ਉਹ ਖਿੜਕੀ 'ਚੋਂ ਬਾਹਰ ਆ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਹਨ। ਅਸੀਂ ਅਗਲੀ ਗੱਲ ਕਰਨ ਤੋਂ ਪਹਿਲੇ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਔਰ ਉਸ ਤੋਂ ਬਾਅਦ ਅਸੀਂ ਆਪਦੀਆਂ ਕਾਲਸ ਲਵਾਂਗੇ ਅਤੇ ਉਮੀਦ ਹੈ ਕਿ ਕੀ ਸਾਨੂੰ ਸਾਡੇ ਜਥੇਦਾਰ ਨੂੰ ਪੋਪ ਕਹਿਣਾ ਚਾਹੀਦਾ ਸਾਨੂੰ ਵੈਟੀਕਨ ਦਾ ਦਰਜਾ ਮੰਗਣਾ ਚਾਹੀਦਾ ਇਹ ਅਸੀਂ ਆਪ ਨਾਲ ਇਸ ਦੇ ਬਾਅਦ ਗੱਲ ਕਰਾਂਗੇ। ਤੁਸੀਂ ਸਾਨੂੰ ਸਟੂਡੀਓ ਦੇ ਨੰਬਰਾਂ ਦੇ ਉੱਤੇ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਦਿਓ 7187865221। ਪਰ ਇਸ ਦੇ ਨਾਲ ਹੀ ਇੱਕ ਹੋਰ ਗੁਜ਼ਾਰਿਸ਼ ਹੈ ਜਦੋਂ ਤੁਸੀਂ ਸਾਨੂੰ ਫੋਨ ਕਰੋ ਫੋਨ ਦੇ ਉੱਤੇ ਗੱਲ ਕਰੋ ਪਰ ਆਪਣੇ ਟੀਵੀ ਦੀ ਆਵਾਜ਼ ਜ਼ਰੂਰ ਬੰਦ ਕਰਕੇ ਗੱਲ ਕਰੋ। ਇੱਕ ਛੋਟਾ ਜਿਹਾ ਬ੍ਰੇਕ। ਉਪਮਾ ਅਤੇ ਉਪਮੇ ਇਹ ਦੋ ਲਫ਼ਜ਼ ਹੁੰਦੇ ਹਨ ਪਰ ਜੇਕਰ ਉਪਮਾ ਗਲਤ ਦੇ ਦਿੱਤੀ ਜਾਏ ਜਾਂ ਕੰਪੈਰੀਜ਼ਨ ਗਲਤ ਹੋਏ ਉਹ ਵੀ ਸਹੀ ਨਹੀਂ ਹੁੰਦਾ। ਯਾਦ ਹੈ ਛੋਟਾ ਸੀ ਪਿਤਾ ਜੀ ਫੌਜ ਵਿੱਚ ਸਨ ਇੱਕ ਫੌਜੀ ਕਹਿਣ ਲੱਗਾ ਮੈਂ ਕਵਿਤਾ ਪੜ੍ਹਨੀ ਹੈ ਤਾਂ ਉਹਨੇ ਕਵਿਤਾ ਪੜ੍ਹਨੀ ਬੜੇ ਤਰਨਮ ਨਾਲ ਸ਼ੁਰੂ ਕੀਤੀ ਨੀਲਾ ਘੋੜਾ ਅਤੇ ਬਰਛਾ ਚਮਕਦਾਰ ਜੀ ਨੀਲਾ ਘੋੜਾ ਅਤੇ ਬਰਛਾ ਚਮਕਦਾਰ ਜੀ ਉੱਤੇ ਚੜ੍ਹਦਾ ਅਤੇ ਲੱਗਦਾ ਥਾਣੇਦਾਰ ਜੀ। ਸੋ ਗਲਤ ਉਪਮਾ ਜਿਹੜੀ ਹੈ ਉਹ ਬਹੁਤ ਨੁਕਸਾਨਦੇਹ ਹੁੰਦੀ ਹੈ। ਇਸ ਤਰ੍ਹਾਂ ਹੀ ਇੱਕ ਢਾਡੀ ਕਹਿ ਰਿਹਾ ਸੀ ਕਹਿੰਦਾ ਸਿੱਖ ਮੁਗਲਾਂ ਦੇ ਪਿੱਛੇ ਇੱਦਾਂ ਲੱਗੇ ਜਿਵੇਂ ਗਿੱਦੜਾਂ ਦੇ ਪਿੱਛੇ ਕੁੱਤੇ ਲੱਗਦੇ ਹਨ। ਸੋ ਬਰਾਬਰ ਜਿਹੜੀ ਹੈ ਅਗਰ ਪ੍ਰੋਪਰ ਕੰਪੈਰੀਜ਼ਨ ਨਾ ਹੋਏ ਤਾਂ ਉਹ ਵੀ ਗਲਤ ਹੁੰਦਾ ਹੈ। ਦੂਸਰੀ ਗੱਲ ਹੈ ਪੋਪ ਨੇ ਜਾਂ ਵੈਟੀਕਨ ਨੇ ਆਪਣਾ ਰੁਤਬਾ ਕਾਇਮ ਕੀਤਾ ਹੈ। ਛੋਟੇ ਹੁੰਦਿਆਂ ਇੱਕ ਕਹਾਣੀ ਪੜ੍ਹੀ ਸੀ ਕਿਸੇ ਖਾਨਸਾਮੇ ਨੇ ਬਹੁਤ ਸੋਹਣਾ ਖਾਣਾ ਬਣਾਇਆ ਰਾਜੇ ਨੇ ਉਸਨੂੰ ਸੱਦਿਆ ਉਹ ਦੌੜਦਾ ਹੋਇਆ ਆਇਆ ਰਾਜੇ ਨੇ ਉਸਨੂੰ ਇੱਕ ਨਵਾਬੀ ਇੱਕ ਜ਼ਿਲ੍ਹੇ ਦੀ ਨਵਾਬੀ ਦੇ ਦਿੱਤੀ ਪਰ ਹੁਣ ਵਾਪਸ ਜਾਣ ਲੱਗਾ ਰਸਤੇ ਦੇ ਵਿੱਚ ਜਿਸ ਨਾਲੇ ਨੂੰ ਉਹ ਟੱਪ ਕੇ ਆਇਆ ਸੀ ਉਹੀ ਛੋਟੀ ਜਿਹੀ ਨਾਲੀ ਸੀ ਕਹਿਣ ਲੱਗਾ ਇਸ ਦੇ ਉੱਤੇ ਕੁਛ ਰੱਖੋ ਹੁਣ ਮੈਂ ਜਾ ਨਹੀਂ ਸਕਦਾ। ਪੋਪ ਬਣਨ ਤੋਂ ਬਾਅਦ ਉਹ ਆਪਣਾ ਰੁਤਬਾ ਕਾਇਮ ਰੱਖਦਾ ਹੈ। ਆਪ ਦੇਖੋਗੇ ਕੁਛ ਤਸਵੀਰਾਂ ਦੇ ਵਿੱਚ ਪੋਪ ਜਿੱਥੇ ਵੀ ਜਾਂਦਾ ਹੈ ਉਹ ਜ਼ਰੂਰ ਜਾਂਦਾ ਹੈ ਪਰ ਉਹਨਾਂ ਛੋਟੇ ਛੋਟੇ ਮੁਲਕਾਂ ਦੇ ਵਿੱਚ ਛੋਟੇ ਛੋਟੇ ਗਰੀਬ ਦੇਸ਼ਾਂ ਦੇ ਵਿੱਚ ਉਹਨਾਂ ਵਿੱਚ ਜਾ ਕੇ
ਆਪਣਾ ਪ੍ਰਚਾਰ ਕਰਦਾ ਹੈ। ਪਿਤਾ ਜੀ ਦੱਸਦੇ ਸਨ ਸਿਲਚਰ ਤੋਂ ਲਮਡਿੰਗ ਔਰ ਉਸ ਤੋਂ ਬਾਅਦ ਬਰਮਾ 1600 ਮੀਲ ਦਾ ਸਫ਼ਰ ਤੈਅ ਕੀਤਾ, ਪੈਦਲ ਕੀਤਾ ਸੀ ਦੂਸਰੀ ਜੰਗੇ ਅਜ਼ੀਮ ਸੈਕਿੰਡ ਵਰਲਡ ਵਾਰ ਵੇਲੇ। ਪਰ ਉਸ ਵੇਲੇ ਰਸਤਾ ਇਤਨਾ ਖਰਾਬ ਸੀ ਕਿ ਉੱਥੇ ਜਾਨਵਰ ਦਾ ਵੀ ਜਾਣਾ ਮੁਸ਼ਕਿਲ ਸੀ, ਪਰ ਉੱਥੇ ਜਾ ਕੇ ਦੇਖਿਆ ਇਤਨੇ ਸ਼ਾਨਦਾਰ ਚਰਚ ਸਨ ਜਿਨ੍ਹਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ। ਸੋ ਕੌਮੀ ਕਿਰਦਾਰ ਨੇ ਉਹ ਬਣਾਇਆ। ਸੋ ਲੋੜ ਹੈ ਅਸੀਂ ਆਪਣਾ ਕਿਰਦਾਰ ਕਾਇਮ ਕਰੀਏ। ਅਗਰ ਉਹਨਾਂ ਦੀ ਚੰਗੀ ਚੀਜ਼ ਹੈ, ਉਹਨਾਂ ਨੇ ਆਪਣੇ ਉਸ ਰੁਤਬੇ ਨੂੰ ਕਾਇਮ ਕੀਤਾ ਹੈ, ਤਾਂ ਅਸੀਂ ਉਸਨੂੰ ਜ਼ਰੂਰ ਉਸਨੂੰ ਕਾਇਮ ਰੱਖੀਏ। ਅਸੀਂ ਆਪਦੀਆਂ ਕਾਲਸ ਲਵਾਂਗੇ ਔਰ ਇਸ ਦੇ ਬਾਰੇ ਆਪਦੇ ਵਿਚਾਰ ਜਿਹੜੇ ਹਨ ਉਹ ਸਾਨੂੰ ਅੱਗੇ ਤੁਰਨ ਲਈ ਬਹੁਤ ਸਹਾਈ ਹੋਣਗੇ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਵੀਰ ਜੀ? ਮੈਂ ਜੀ ਤਰਲੋਕ ਸਿੰਘ ਸਾਂਸਰਾ ਬੋਲ ਰਿਹਾ। ਹਾਂਜੀ ਸਾਂਸਰਾ ਸਾਹਿਬ, ਮੇਰੀ ਬੇਨਤੀ ਇਹ ਹੈ ਕਿ ਮੇਰਾ ਟੈਲੀਫੋਨ ਬੰਦ ਕਰਨ ਤੋਂ ਪਹਿਲਾਂ ਮੇਰੀ ਗੱਲ ਸੁਣ ਲੈਣਾ। ਜ਼ਰੂਰ ਜੀ, ਜ਼ਰੂਰ, ਕਿਉਂਕਿ ਮੈਂ ਜ਼ਿਆਦਾ ਟਾਈਮ ਨਹੀਂ ਲਾਣਾ। ਮੈਂ ਨਹੀਂ, ਜ਼ਰੂਰ, ਤੁਹਾਡੀ ਵਾਹਿਗੁਰੂ ਕਹਿ ਦਿਆਂਗਾ ਤੇ ਤੁਸੀਂ ਫਿਰ ਆਪਣਾ ਜਵਾਬ ਦੇ ਦੇਣਾ। ਹਾਂਜੀ, ਪਹਿਲੀ ਗੱਲ ਇਹ ਕਿ ਜਿਹੜਾ ਤੁਸੀਂ ਤਸਵੀਰਾਂ ਦੀ ਗੱਲ ਕੀਤੀ ਹੈ ਜੀ, ਤੇ ਸਾਡੀ ਕੌਮ ਨੇ ਪ੍ਰੀਜ਼ਰਵ ਨਹੀਂ ਕੀਤੀਆਂ। ਪਾਕਿਸਤਾਨ 'ਚ ਜਿਹੜੇ ਗੁਰਦੁਆਰੇ ਨੇ ਉਹਨਾਂ 'ਚ ਬੜੀਆਂ ਸੋਹਣੀਆਂ ਤਸਵੀਰਾਂ ਬਣੀਆਂ ਨੇ ਪੁਰਾਣੀਆਂ, ਲੇਕਿਨ ਉਹਨਾਂ ਨੂੰ ਕਿਸੇ ਨੇ ਪ੍ਰੀਜ਼ਰਵ ਜੀ ਜੀ ਤੇ ਹੋ ਸਕਦਾ ਤੁਸੀਂ ਬੇਨਤੀ ਕਰੋ ਤੇ ਉੱਥੇ ਉਹਨਾਂ ਨੂੰ ਕਿਸੇ ਨੂੰ ਲਾ ਕੇ ਪ੍ਰੀਜ਼ਰਵ ਕਰ ਦਿਓ। ਠੀਕ ਹੈ, ਤੇ ਆਪਣੇ ਹਿੰਦੁਸਤਾਨ ਦੇ ਵਿੱਚ ਤੇ ਖੈਰ ਤਸਵੀਰਾਂ ਉਨੀਆਂ ਵਧੀਆ ਬਣੀਆਂ ਨਹੀਂ ਹੈ, ਮੈਂ ਉਹਦੇ ਬਾਰੇ ਕੁਛ ਕਹਿਣਾ ਨਹੀਂ ਚਾਹੁੰਦਾ ਜੀ। ਬਾਕੀ ਆ ਜਿਹੜੀ ਪੋਪ ਦੀ ਗੱਲ ਤੁਸੀਂ ਕਹੀ ਹੈ ਕਿ ਆਪਣੇ ਜਿਹੜੇ ਹੈਡ ਗ੍ਰੰਥੀ ਹੈਗੇ ਨੇ ਜੀ ਸਾਹਿਬ ਦੇ, ਉਹਨਾਂ ਨੂੰ ਪੋਪ ਦਾ ਰੁਤਬਾ ਦਿੱਤਾ ਜਾਏ, ਤੇ ਸ਼ਾਇਦ ਤੁਹਾਨੂੰ ਨਹੀਂ ਪਤਾ ਤੁਹਾਡੇ ਤੋਂ ਪਹਿਲਾਂ ਇੱਥੇ ਆਪਣੇ ਉਹ ਬਜ਼ੁਰਗ ਗਏ ਨੇ, ਉਹਨਾਂ ਦਾ ਗੁਜ਼ਰ ਗਏ ਨੇ, ਉਹਨਾਂ ਦਾ ਸਵਰਗ 'ਚ ਵਾਸਾ ਹੋਏ ਹਰਭਜਨ ਸਿੰਘ ਯੋਗੀ। ਹਾਂਜੀ, ਇਹਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਸੀ ਕਿ ਆਈ ਐਮ ਦੀ ਪੋਪ ਆਫ ਦੀ ਵੈਸਟਰਨ ਹੈਮੀਸਫੀਅਰ ਜੀ ਜੀ, ਤੇ ਇਹਦਾ ਸਾਡੇ ਨਾਲ ਝਗੜਾ ਹੋ ਗਿਆ ਸੀ ਗੁਰਦੁਆਰੇ ਦੇ ਵਿੱਚ ਜੀ ਰਿਸਪੋਨ ਹਿੱਲ ਦੇ ਵਿੱਚ। ਹਾਂਜੀ, ਤੇ ਉਹ ਮਾਮਲਾ ਕਾਫੀ ਵਿਗੜ ਗਿਆ ਸੀਗਾ, ਤੇ ਉਹਨਾਂ ਦੇ ਬੰਦਿਆਂ ਨੇ ਸਾਨੂੰ ਸੂ ਵੀ ਕੀਤਾ ਸੀ। ਅੱਛਾ ਜੀ, ਉਹਨਾਂ ਦੀ ਪਾਰਟੀ ਜਿਹਨੂੰ ਸੂ ਕੀਤਾ ਗਿਆ ਸੀ ਜੀ, ਤੇ ਉਹ ਜਿਹੜਾ ਹੈ ਨਾ, ਜਿੱਦਾਂ ਤੁਸੀਂ ਆਪ ਹੀ ਕਿਹਾ ਕਿ ਉਹ ਰੁਤਬਾ ਲੈਣ ਵਾਸਤੇ ਆਪਣੀ ਆਪ ਨੂੰ ਉੱਚਾ ਕਰਨਾ ਪੈਂਦਾ। ਸਾਡੀ ਕੌਮ ਜਿਹੜੀ ਆ ਇਹ ਆਪਸ ਵਿੱਚ ਲੜੀ ਜਾਂਦੀ ਆ, ਅਸੀਂ ਉਹ ਜਿਹੜਾ ਹੈਡ ਗ੍ਰੰਥੀ ਆ ਉਹਨੂੰ ਜਦੋਂ ਮਰਜ਼ੀ ਲਾ ਦਿੰਦੇ ਹਾਂ, ਤਦੋਂ ਸਾਡੇ 'ਚ ਇਹੀ ਹਾਲ ਹੈ ਵੀ ਜਦੋਂ ਮਰਜ਼ੀ ਲਾ ਦਿਓ ਤਾਂ ਅਸੀਂ ਉਹਨੂੰ ਪੋਪ ਦਾ ਰੁਤਬਾ ਕਿੱਦਾਂ ਦੇ ਸਕਦੇ? ਨਹੀਂ, ਮੈਂ ਬੇਨਤੀ ਸੀਗੀ ਕਿ ਅਸੀਂ ਤਾਂ ਕਹਿ ਰਹੇ ਹਾਂ, ਹਾਂਜੀ ਬਿਲਕੁਲ ਠੀਕ ਹੈ, ਪਰ ਅਸੀਂ ਤਾਂ ਕਹਿ ਰਹੇ ਹਾਂ ਕਿ ਪੋਪ ਹੋਰ ਚੀਜ਼ ਹੈ, ਵੈਟੀਕਨ ਹੋਰ ਹੈ, ਹਰਿਮੰਦਰ ਸਾਹਿਬ ਦਾ ਔਰ ਸਿੰਘ ਸਾਹਿਬ ਦਾ ਰੁਤਬਾ ਵੱਖਰਾ ਹੈ, ਉਹ ਸਾਰੇ ਸਿੱਖ ਜਗਤ ਲਈ ਹੈ, ਨਾ ਕਿ ਕਿਸੇ ਇੱਕ ਫਿਰਕੇ ਕਿਸੇ ਇੱਕ ਸੰਪਰਦਾ ਲਈ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਅਗਰ ਇਜਾਜ਼ਤ ਹੋਈ ਦੂਜੀ ਕਾਲ ਲੈ ਲਈਏ। ਥੈਂਕ ਯੂ, ਥੈਂਕ ਯੂ, ਵਾਹਿਗੁਰੂ ਖਾਲਸਾ। ਹੈਲੋ, ਹਾਂਜੀ ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਭੈਣ ਜੀ? ਜੀ ਅਸੀਂ ਹੈਲੋ, ਹਾਂਜੀ ਬੋਲੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਮੈਂ ਬਲਵਿੰਦਰ ਸਿੰਘ ਬੋਲ ਰਿਹਾ ਜੀ, ਨਿਊ ਜਰਸੀ ਤੋਂ। ਹਾਂਜੀ ਹਾਂਜੀ ਬਲਵਿੰਦਰ ਸਿੰਘ ਜੀ। ਹਾਂਜੀ ਭਾਈ ਸਾਹਿਬ ਜੀ, ਗੱਲ ਹੈ ਜਿਹੜਾ ਤੁਸੀਂ ਵੈਟੀਕਨ ਦੀ ਗੱਲ ਕੀਤੀ ਆ, ਇਹ ਤਾਂ ਸਤਿਗੁਰਾਂ ਨੇ ਪਹਿਲਾਂ ਹੀ ਪੰਜਵੇਂ ਪਾਤਸ਼ਾਹ ਨੇ ਡਿਕਲੇਅਰ ਕਰਤੀ ਸੀ ਗੱਲ ਕਿ ਜਿੱਥੇ ਸਭੇ ਥਾਂ ਨਹੀਂ ਤੁਧ ਜੇ ਆ, ਹਾਂਜੀ ਹਾਂਜੀ, ਵੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ, ਬਿਲਕੁਲ ਠੀਕ ਹੈ। ਇਹ ਤਾਂ ਗੱਲ ਕਰਨੀ, ਜੇ ਜਥੇਦਾਰ ਸਾਹਿਬ ਪੌਪ ਨਾਲ ਆਪਦੀ ਤੁਲਨਾ ਕਰਦੇ ਤਾਂ ਇਹ ਵੀ ਇੱਕ ਉਹਨਾਂ ਦੀ, ਮੈਂ ਤਾਂ ਕਹਿੰਦਾ ਵੀ ਨਾ ਸਮਝੀ ਜਾਣ ਜਾਣ ਪੁਣਾ ਜੀ। ਹਾਂਜੀ, ਇਸੇ ਕਰਕੇ ਨਾ ਦੇਖੋ, ਕਦੀ ਅਸੀਂ ਕਹਿੰਦੇ ਹਾਂ ਸਾਡੀ ਮਿੰਨੀ ਪਾਰਲੀਮੈਂਟ ਹੈ, ਕਦੀ ਅਸੀਂ ਕੁਛ ਕਹਿੰਦੇ ਹਾਂ, ਸਾਨੂੰ ਕਿਉਂ ਲੋੜ ਪੈਂਦੀ ਹੈ, ਲੋੜ ਨਹੀਂ ਹੈਗੀ। ਤੋ ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ, ਥੈਂਕ ਯੂ, ਵਾਹਿਗੁਰੂ। ਹੈਲੋ, ਹੈਲੋ, ਹਾਂਜੀ ਪੈਰੀ ਸਨ ਅੰਕਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਸਾਨੂੰ, ਹਾਂਜੀ ਬੋਲੋ ਜੀ। ਤੁਹਾਡਾ ਸ਼ੋ ਠੀਕ ਗੋਡੇ ਠੀਕ ਹੈਗਾ? ਹੋਰ ਠੀਕ ਹੈਗਾ ਸ਼ੋ? ਹੋਰ ਸ਼ੋ ਠੀਕ ਹੈ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੈ। ਚਲੋ, ਥੈਂਕ ਯੂ, ਮਿਹਰਬਾਨੀ। ਯੂ ਵਾਂਟ ਟੂ ਸੇ ਐਨੀਥਿੰਗ? ਆਮ ਤੁਹਾਡੀ ਵੱਡੀ ਉਮਰ ਹੋ ਜੀ। ਅੱਛਾ, ਓਕੇ, ਮੈਂ ਛੋਟਾ ਹਾਂ। ਕਿੰਨੇ, ਅੱਛਾ ਕਿੰਨੀ ਉਮਰ ਹੋ ਜਾਏ? 200 ਸਾਲ? ਮੈਨੂੰ ਸ਼ੌਕ ਹੈ ਵੀ ਤੁਹਾਡੇ ਨਾਲ ਗੱਲ ਕਰਨੀ। ਓਕੇ ਚਲੋ, ਥੈਂਕ ਯੂ ਵੈਰੀ ਮੱਚ, ਵੀਲ ਟਾਕ ਅਗੇਨ, ਓਕੇ ਥੈਂਕ ਯੂ, ਬਾਏ ਬਾਏ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਾਂਬਾ ਸਾਹਿਬ, ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਾਂ। ਆਪਣੀ ਇੰਟਰੋਡਕਸ਼ਨ ਦਿਓ, ਕੌਣ ਬੋਲ ਰਹੇ? ਮੇਰਾ ਨਾਂ ਜੀ ਜਸ ਕਮਰ ਵੀਰ ਸਿੰਘ ਹੈ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ। ਹਾਂਜੀ ਹਾਂਜੀ, ਬੇਨਤੀ ਸੀ ਕਿ ਆਪਣਾ ਇਸ ਚੀਜ਼ ਦਾ ਕੰਪੈਰੀਜ਼ਨ ਦਾ ਤਾਂ ਜਿਹੜਾ, ਚਲੋ ਠੀਕ ਹੈ ਵੀ ਆਪਣਾ ਉਹਦੇ ਨਾਲ
ਵੈਟੀਕਨ ਦੇ ਨਾਲ ਹੋ ਨਹੀਂ ਸਕਦਾ ਕਿਸੇ ਹਿਸਾਬ ਨਾਲ। ਸੱਚਖੰਡ ਸਾਹਿਬ ਦਾ ਜਿਹੜਾ ਆ ਮਹਾਰਾਜ ਦਾ ਜਿਹੜਾ ਗੁਰੂ ਸਾਹਿਬ ਨੇ ਆਪ ਜਿਹਨੂੰ ਨਾ ਹੀ ਸੱਚਖੰਡ ਦਾ ਦੇ ਦਿੱਤਾ, ਉਹਦੇ ਨਾਲ ਤਾਂ ਕੋਈ ਵੀ ਦੁਨੀਆਂ ਦੇ ਉੱਤੇ ਜਿਹੜੀ ਆ ਮੁਕਾਬਲਾ ਨਹੀਂ ਕਰ ਸਕਦੀ। ਠੀਕ ਹੈ, ਪਰ ਹਜੇ ਜਿਹੜਾ ਮਸਲਾ ਇਸ ਟਾਈਮ ਤੇ ਹੈਗਾ ਨਾ ਜੀ, ਉਹ ਇਹ ਆ ਕਿ ਜਥੇਦਾਰ ਸਾਹਿਬ ਦਾ ਪੋਪ ਹੋਣਾ ਜਾਂ ਕੋਈ ਚੀਜ਼ਾਂ, ਉਹ ਤਾਂ ਬਾਅਦ ਦੀਆਂ ਗੱਲਾਂ ਨੇ। ਹਜੇ ਤਾਂ ਜਥੇਦਾਰ ਸਾਹਿਬ ਨੂੰ ਆਜ਼ਾਦ ਕਰਾਉਣਾ ਹੀ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਉਹ ਹੀ ਬਹੁਤ ਵੱਡਾ ਮਸਲਾ ਆ। ਦੇਖੋ, ਕੋਈ ਇੰਪਲਾਈ ਰੱਖ ਲਓ ਤੁਸੀਂ, ਉਹਨੂੰ ਵੀ ਸ਼ੋਅ ਕਾਲ ਨੋਟਿਸ ਦੇਣਾ ਪੈਂਦਾ ਆ ਕਿ ਤੈਨੂੰ ਕੱਢਣ ਲੱਗੇ ਆ, ਕਿ ਆਹ ਚੀਜ਼ ਕੀਤੀ ਤੂੰ ਤੇ ਤੂੰ ਸਾਨੂੰ ਦੱਸ। ਹੁਣ ਤਾਂ ਇਹ ਚੀਜ਼ ਹੈ ਵੀ ਸਵੇਰੇ ਜਥੇਦਾਰ ਸਾਹਿਬ ਉੱਥੇ ਨਵਾਜੇ ਤੇ ਸ਼ਾਮ ਨੂੰ ਉਹਨਾਂ ਨੂੰ ਕਿਹਾ ਵੀ ਚੰਗਾ ਜੀ ਤੁਸੀਂ ਆਪਣਾ ਹਿਸਾਬ ਕਿਤਾਬ ਕਰ ਲਓ ਤੇ ਅਗਲੇ ਦਿਨ ਸਵੇਰੇ ਉਹਨਾਂ ਨੂੰ ਛੁੱਟੀ ਦੇ ਦਿੱਤੀ। ਤੇ ਸਭ ਤੋਂ ਵੱਡਾ ਤਾਂ ਸਿੱਖੀ ਦਾ ਮਸਲਾ ਇਸ ਟਾਈਮ ਇਹ ਆ ਕਿ ਜਥੇਦਾਰ ਸਾਹਿਬ ਨੂੰ ਉਸ ਮਹਾਨ ਜਿਹੜੀ ਆਪਣਾ ਅਹੁਦਾ ਹੈ ਨਾ, ਉਹਨੂੰ ਇਹੋ ਜਿਹੀਆਂ ਕੁਰੀਤੀਆਂ ਤੋਂ ਆਜ਼ਾਦ ਕਰਾਉਣ ਦਾ ਸਭ ਤੋਂ ਵੱਡਾ ਮਸਲਾ ਹੈ। ਗੱਲ ਇਹ ਹੈ, ਤੁਹਾਡੀ ਤੁਹਾਡੇ ਵਿਚਾਰ ਬਹੁਤ ਅੱਛੇ ਹੈ। ਜਿਸ ਦਿਨ ਕੋਈ ਐਸਾ ਜਥੇਦਾਰ ਆ ਗਿਆ, ਜਿਸ ਦਿਨ ਕੋਈ ਐਸਾ ਜਥੇਦਾਰ ਉਹ ਆ ਗਿਆ ਜਿਹੜਾ ਇਹ ਗੱਲ ਕਰੇ ਅੱਜ ਜੇ ਗੁਰੂ ਸਾਹਿਬ ਹੋਣ ਦੇ ਤੇ ਉਹ ਕੀ ਕਹਿੰਦੇ ਤੇ ਕੀ ਕਰਦੇ, ਉਹਦੇ ਬਾਅਦ ਦੁਨੀਆਂ ਦੀ ਕੋਈ ਤਾਕਤ ਉਸਨੂੰ ਹਿਲਾ ਨਹੀਂ ਸਕੇਗੀ, ਔਰ ਗੁਰੂ ਦੀ ਆਪਣੀ ਕਲਾ ਵਰਤੇਗੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ, ਹਾਂਜੀ, ਵਾਹਿਗੁਰੂ ਜੀ ਕੀ ਫਤਿਹ, ਕੌਣ ਬੋਲ ਰਹੇ ਜੀ? ਆਪ ਜੀ ਦੀ ਸੇਵਾ ਚ ਹਾਜ਼ਰ ਹਾਂ, ਮੈਂ ਕੈਲੀਫੋਰਨੀਆ ਤੋਂ ਬਚਿੱਤਰ ਸਿੰਘ। ਹਾਂਜੀ ਹਾਂਜੀ, ਭਾਈ ਬਚਿੱਤਰ ਸਿੰਘ ਜੀ, ਹੁਕਮ ਕਰੋ। ਨਹੀਂ, ਹੁਕਮ ਨਹੀਂ, ਅਰਜ਼ ਹੈ। ਮੈਂ, ਤੁਸੀਂ ਕਹਿ ਰਹੇ ਜੇ ਕਿ ਜਿਸ ਦਿਨ ਕੋਈ ਐਸਾ ਪੰਥ ਦਰਦੀ ਅਕਾਲ ਤਖ਼ਤ ਦਾ ਸੇਵਾਦਾਰ ਬਣ ਕੇ ਇੱਥੇ ਆ ਗਿਆ, ਆਪਣੇ ਆਪ ਹੁਣ ਇਹੋ ਜਿਹਾ ਸਮਾਂ ਹੈ ਵੀ ਆਪਣੇ ਆਪ ਕੋਈ ਨਹੀਂ ਆ ਸਕਦਾ। ਹਾਂਜੀ, ਬਿਲਕੁਲ ਰੀਸੈਂਟਲੀ ਵਾਪਰੀ ਘਟਨਾ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾ, ਇੱਕ ਅੱਧੇ ਮਿੰਟ ਤੋਂ ਮੈਂ ਪਹਿਲਾਂ ਸਮਾਪਤ ਕਰ ਦੇਣੀ। ਹੁਕਮ ਕਰੋ। ਜਿਹੜੀ ਜਿਹਨੂੰ ਬਾਕੀ ਸਾਰੇ ਪੋਪ ਜਾਂ ਹੋਰ ਦੇ ਬਰਾਬਰ ਕਹਿਣ ਡਏ ਨੇ, ਜਾਂ ਅਸੀਂ ਕਹਿੰਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਮੈਂ ਉਹਨਾਂ ਦੇ ਸ਼ਬਦ ਤੁਹਾਡੇ ਸਾਹਮਣੇ ਰੱਖਦਾ ਇੱਕ ਦਿਨ ਪਹਿਲਾਂ ਦੇ। ਹਾਂਜੀ, ਉਹਨਾਂ ਨੇ ਇਹ ਗੱਲ ਕਹੀ ਕਿ ਵਾਸਤਾ ਜੇ ਸਿੱਖੋ ਜੇ ਕੁਛ ਕਰ ਸਕਦੇ ਜੇ ਤੇ ਸਾਡੀ ਜਾਨ ਛਡਾਓ, ਸਾਡੇ ਉੱਤੇ ਇੱਕ ਇਹੋ ਜਿਹਾ ਕੁਹਾੜਾ ਸਿਰ ਤੇ ਲਟਕਦਾ ਰਹਿੰਦਾ ਸਾਨੂੰ ਪਤਾ ਨਹੀਂ। ਉਹਨੇ ਦੋ ਤਿੰਨ ਗੱਲਾਂ ਵੀ ਸੁਣਾਈਆਂ, ਉਹਨਾਂ ਨੇ ਕਿਹਾ ਵੀ ਇੱਕ ਜਥੇਦਾਰ ਇਹੋ ਜਿਹੇ ਵੀ ਸੀਗੇ ਜਿਹੜੇ ਇਸ਼ਨਾਨ ਕਰਨ ਲੱਗੇ ਸੀ ਤੇ ਸ਼੍ਰੋਮਣੀ ਕਮੇਟੀ ਦਾ ਗਿਆ ਫੈਸਲਾ ਵੀ ਤੂੰ ਹੁਣੇ ਸਾਈਨ ਕਰਕੇ ਲੈ। ਉਹ ਕਹਿਣ ਲੱਗੇ ਮੈਂ ਇਸ਼ਨਾਨ ਕਰਨਾ, ਕਹਿੰਦੇ ਮੁੜ ਕੇ ਸਾਰੀ ਉਮਰ ਇਸ਼ਨਾਨ ਨਹੀਂ ਕਰਨਾ, ਫਿਰ ਚਿਹਰਾ ਬਦਲਣਾ ਜੋ ਮਰਜ਼ੀ ਕਰਕੇ ਕਰੀ, ਜੋ ਸਾਈਨ ਪਹਿਲਾਂ ਕਰ ਦਿਓ ਤੇ ਤੁਸੀਂ ਘਰੋਂ ਚੱਲੋ ਬਾਅਦ ਚ ਵੇਖਾਂਗੇ। ਮੈਂ ਇਹ ਗੱਲ ਸਮਝਦਾ ਵਾ ਕਿ ਅਗਰ ਸਾਡੀ ਤ੍ਰਾਸਦੀ ਹੈ, ਅਸੀਂ ਆਪਣੇ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਬਚਾਉਣੀ ਚਾਹੁੰਦੇ ਹਾਂ ਤੇ ਉਹਦੇ ਨਾਲ ਪਹਿਲਾਂ ਉਹਦੀ ਸਿਲੈਕਸ਼ਨ ਜਥੇਦਾਰ ਦੀ, ਕਿੰਨਾ ਪੜ੍ਹਿਆ ਹੈ, ਕਿੰਨੀ ਪੰਥ ਦੀ ਉਹਨੂੰ ਸੇਵਾ ਹੈ, ਕਿਹੜੇ ਕਿਹੜੇ ਮਸਲੇ ਦੇ ਉਹ ਮਾਹਰ ਨੇ, ਕਿਸ ਤਰ੍ਹਾਂ ਦੇ ਉਹਨਾਂ ਅੰਦਰ ਗੁਣ ਨੇ, ਉਹਨੇ ਸਾਰੇ ਗੁਣਾਂ ਨੂੰ ਰੱਖ ਕੇ ਤੇ ਸਾਰੀ ਸਰਬੱਤ ਸੰਗਤ ਹੋ ਕੇ ਇਕੱਠੀ ਕਰੇ, ਨਾ ਕਿ ਇਕੱਲੀ ਸ਼੍ਰੋਮਣੀ ਕਮੇਟੀ। ਠੀਕ ਹੈ, ਬਿਲਕੁਲ ਆਜ਼ਾਦ ਹੋਣਗੇ, ਔਰ ਉਹਨਾਂ ਦੇ ਹਟਾਉਣ ਦਾ ਵੀ ਤਰੀਕਾ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਹਟਾਏ ਜਾ। ਤੁਹਾਡਾ ਤੁਹਾਡਾ ਜਿਹੜੀ ਸੁਜੈਸ਼ਨ ਹੈ, ਮੈਂ ਤੁਹਾਡੀ ਗੱਲ ਨੂੰ ਅੱਗੇ ਤੋਰਾਂ ਕਿ ਜਿਹੜੇ ਇਹ ਵੱਖਰੇ ਪ੍ਰੋਗਰਾਮ ਦਾ ਮੁੱਦਾ ਹੈ ਅਸੀਂ ਉਸਨੂੰ ਜ਼ਰੂਰ ਲਿਆਂਗੇ। ਸਿਰਫ ਇੰਨਾ ਦੱਸ ਦਈਏ ਕਿ ਸਾਰਾ ਕੁਝ ਹੈ, ਸਾਰੇ ਨਿਯਮ ਬਣੇ ਹੈ, ਸ਼੍ਰੋਮਣੀ ਕਮੇਟੀ ਕੋਲ ਉਹਨੂੰ ਸਥਾਪਿਤ ਕਰਨ ਦੀ, ਨਿਯੁਕਤ ਕਰਨ ਦੀ ਪਾਵਰ ਨਹੀਂ ਹੈ, ਉਹ ਸਿਰਫ ਐਲਾਨ ਕਰ ਸਕਦੀ ਹੈ। ਪਰ ਜੇ ਕੌਮ ਜਾਗਰਤ ਹੋਏਗੀ ਉਹਦੇ ਲਈ ਉਹ ਵੀ ਜ਼ਰੂਰੀ ਹੈ। ਪਰ ਉਸ ਦੇ ਨਾਲ ਇੱਕ ਗੱਲ ਕਹਿ ਦੇਣੀ ਚਾਹੁੰਦੇ ਹਾਂ, ਜਿਸ ਤਰੀਕੇ ਦੇ ਨਾਲ ਪੋਪ ਕਿ ਉਹਨਾਂ ਸਥਾਨਾਂ 'ਤੇ ਜਾਂਦਾ, ਉਹਦਾ ਆਪਣਾ ਪ੍ਰੋਗਰਾਮ ਹੁੰਦਾ, ਸ਼੍ਰੋਮਣੀ ਕਮੇਟੀ ਦੇ ਵੀ ਮਤੇ ਹੈ, ਕਈ ਫੈਸਲੇ ਹੈ ਕਿ ਉਹਨਾਂ ਸਥਾਨਾਂ ਦੇ ਉੱਤੇ ਜਾਇਆ ਜਾਏ ਜਿੱਥੇ ਸਿੱਖੀ ਦੇ ਪ੍ਰਚਾਰ ਦੀ ਲੋੜ ਹੈ। ਔਰ ਖਾਸ ਕਰਕੇ ਕੀਤਾ ਗਿਆ ਇਹ ਪ੍ਰਚਾਰਕ ਔਰ ਰਾਗੀ ਔਰ ਜਿਹੜੇ ਹਨ, ਇਹ ਖਾਸ ਕਰਕੇ ਸਿਰਫ ਤਿੰਨ ਡੈਸਟੀਨੇਸ਼ਨ ਕਿਉਂ ਚੁਣਦੇ ਹਨ ਕਿ ਅਮਰੀਕਾ, ਕੈਨੇਡਾ ਔਰ ਇੰਗਲੈਂਡ, ਕਈ ਅਫਰੀਕਾ ਦੇ ਮੁਲਕ ਹਨ, ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਹੋਰ ਛੋਟੇ ਛੋਟੇ ਦੇਸ਼ ਹੈ ਜਿੱਥੇ ਲੋੜ ਹੈ। ਸੋ ਜੇਕਰ ਇੱਕ ਪਾਸਿਓਂ ਨਹੀਂ ਹੈ, ਦੋਨੋਂ ਪਾਸਿਓਂ ਹੈ, ਜਦੋਂ ਗੱਲ ਹੋਏਗੀ ਆਪਾਂ ਉਸ ਨੂੰ ਕਿਸੇ ਵੱਖਰੇ ਵਿਸ਼ੇ ਦੇ ਵਿੱਚ ਲੈ ਕੇ ਜ਼ਰੂਰ ਵਿਚਾਰਾਂਗੇ। ਬਹੁਤ ਛੱਡੋ, ਸਾਡੇ ਆਪਣੇ ਦੇਸ਼ ਵਿੱਚ, ਮੱਧ ਪ੍ਰਦੇਸ਼ ਵਿੱਚ, ਮੈਂ ਉਹੀ ਕਹਿ ਰਿਹਾ। ਹਾਂਜੀ ਹਾਂਜੀ ਬਿਲਕੁਲ, ਪਰ ਉਹ ਇੰਨੇ ਕੰਟ੍ਰੀਬਿਊਟਿਵ ਨੇ ਕਿ ਉਹਨਾਂ ਦੇ ਜਿਸ ਦਿਨ ਤੁਹਾਡੇ ਨਾਲ ਜੁੜ ਗਏ ਤੇ ਤੁਹਾਡੀ ਜਿਹੜੀ ਮਜੌਲ ਹੈ ਉਹ, ਤੇ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਬਿਮਾਰੀ ਇੱਕ ਪਾਸੇ ਨਹੀਂ ਹੈ, ਕਈ ਪਾਸੇ ਤੋਂ ਹੈ। ਸੋ ਸਾਨੂੰ ਕਈ ਪਾਸੇ ਤੁਸੀਂ ਦੇਤੀ ਦੇ ਤਰੇ, ਚਲੋ ਤੁਹਾਡੇ ਸਾਥ ਮਿਲਦਾ ਜਾਊਗਾ, ਅਕੇਲੇ ਹੀ ਬੜੇ ਤੇ ਮਨ ਜਾਨ ਹਮ ਸਫਰ ਮਿਲਤੇ ਗਏ, ਕਾਰਵਾ ਬਣ ਗਿਆ। ਪਰ ਇੱਥੇ ਤੇ ਗੱਲ ਹੋ ਲੱਗ ਰਹੀ ਹੈ ਕਿ ਬੰਦੇ ਤੁਰਦੇ ਜਾ ਰਹੇ ਸੀ, ਖਿਸਕਣੇ ਸ਼ੁਰੂ ਹੋ ਗਏ, ਨਾਰੇ ਮਾਰ ਰਹੇ ਸਨ ਹਮ ਏਕ ਹੈ, ਕੱਲਾ ਰਹਿ ਗਿਆ ਕਹਿੰਦਾ ਹਮ ਏਕ ਹੈ, ਇਦਾਂ ਨਾ ਹੋ ਜਾਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ, ਹੈਲੋ, ਹਾਂਜੀ,
ਮੈਂ ਹਿਊਸਟਨ ਤੋਂ ਬੋਲ ਰਿਹਾ ਜੀ, ਮੇਰਾ ਨਾਮ ਬਲਜੀਤ ਸਿੰਘ ਕਟਿਆਲ ਹੈ। ਹਾਂਜੀ ਹਾਂਜੀ। ਮੈਂ ਤੁਹਾਡੇ ਨਾਲ ਮੋਸਟਲੀ ਐਗਰੀ ਕਰਨਾ, ਪਰ ਔਰੰਜਿਸ ਆਰ ਟੂ ਬੀ compared with oranges, not apple with the... That is what I am saying. This is what I am saying. You are saying, but... No, I am not saying that. That is my point, that we should not compare. Which can be... Amritsar ke Ishnan. Ji. That's not can be. Haan ji. Ishnan. Haan ji. Or sovereignty di nishani hai. Saadde nu koi pyo da to rok nahi sakda is jagah te aan te. Haan ji. Na sanu Ishnan karan to rok sakda. Theek hai. Te ye sovereign hai. ਦੂਸਰੀ ਚੀਜ਼ ਜਿਹੜੀ ਮੁੱਦੇ ਦੇ ਉੱਤੇ ਭਾਈ ਸਾਹਿਬ ਨੇ ਕਹੀ ਸੀ ਦੋ ਚਾਰ ਦਿਨ ਪਹਿਲਾਂ ਕਿ ਅਸੀਂ ਸਾਡਾ ਪੋਪ ਹੈ, ਹੀ ਇਜ਼ ਨਾਟ ਪੋਪ। ਨਹੀਂ, ਇਟਸ ਨਾਟ ਵਾਟ ਯੂ ਆਰ ਸੇਇੰਗ। ਬਿਲਕੁਲ ਅਲੱਗ ਚੀਜ਼ ਹੈ। ਹਾਂਜੀ ਬਿਲਕੁਲ। ਇਹ ਸਾਡੀ ਮੈਚਿਓਰਿਟੀ ਦੀ ਲੈਕਿੰਗ ਹੈ। ਅਸੀਂ ਬੜੇ ਮੈਚਿਓਰ ਹਾਂ ਲੋਟ ਆਫ ਸਕਿੱਲਸ ਦੇ ਵਿੱਚ। ਠੀਕ ਹੈ। ਜਿੱਥੇ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਹਾਂ। ਹਾਂਜੀ। ਪਰ ਸਾਨੂੰ ਆਜ਼ਾਦ, ਇੱਕ ਆਜ਼ਾਦ ਹਸਤੀ ਰਿਲੀਜੀਅਸ ਦੇ ਵਿੱਚ ਹੋਣੀ ਅਕਾਲ ਤਖ਼ਤ ਦੇ ਜਥੇਦਾਰ ਦੀ ਬਹੁਤ ਇੰਪੋਰਟੈਂਟ ਹੈ। ਉਹਨੂੰ ਕੋਈ ਗਿਰਾ ਨਾ ਸਕੇ, ਕੋਈ ਹਟਾ ਨਾ ਸਕੇ, ਅਨਲੈਸ ਉਹ ਸਰਬੱਤ ਖਾਲਸਾ ਨਾ ਕਵੇ ਤੇ ਦੋਸ ਕਾਇੰਡ ਆਫ ਥਿੰਗ। ਬਿਲਕੁਲ ਮੈਚਿਓਰਡ ਐਂਡ ਫਾਈਨਲਾਈਜ਼। ਬਿਲਕੁਲ ਬਿਲਕੁਲ ਸਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਲਾਂਬਾ ਸਾਹਿਬ, ਮੈਂ ਰਘਵਿੰਦਰ ਸਿੰਘ ਲਵਾਣਾ ਆਪਸੇ ਤੋਂ ਬੋਲ ਰਿਹਾ, ਬਗੈਂਪਟਨ ਤੋਂ। ਹਾਂਜੀ ਵੀਰ ਜੀ। ਹਾਂਜੀ ਹਾਂਜੀ, ਹੁਕਮ ਕਰੋ। ਮੈਂ ਤੁਹਾਨੂੰ ਪਿੱਛੇ ਵੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਪਣਾ ਪ੍ਰੋਗਰਾਮ ਥੋੜਾ ਹੋਰ ਵਧਾਓ। ਠੀਕ ਹੈ। ਇਹ ਇਹ ਉਹ ਲੜਾਈ ਤੇ ਲੱਸੀ ਵਧਾਈ ਜਾ ਸਕਦੀ ਹੈ, ਪ੍ਰੋਗਰਾਮ ਨਹੀਂ ਵਧਾਇਆ ਜਾ ਸਕਦਾ। ਬੜੀ ਕਹਿੰਦੇ ਨਾ, ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ। ਨਹੀਂ ਨਹੀਂ, ਤੁਸੀਂ ਲਾਂਬਾ ਸਾਹਿਬ ਜੀ ਪ੍ਰੋਗਰਾਮ ਵਧਾਓ ਤੇ ਇਹ ਜਿਹੜੇ ਤੁਸੀਂ ਮੁੱਦਾ ਛੇੜਦੇ ਹੋ, ਜਿਹੜੀ ਤੁਸੀਂ ਗੱਲਬਾਤ ਕਰਦੇ ਹੋ, ਹਾਂਜੀ, ਘੱਟ ਹੀ ਪ੍ਰੋਗਰਾਮਾਂ ਚ ਆਉਂਦੇ ਨੇ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਕੋਸ਼ਿਸ਼ ਕਰਾਂਗੇ। ਗੱਲਬਾਤ ਤੁਸੀਂ ਜਿਹੜਾ ਤੁਹਾਡਾ ਮਜ਼ਾ ਆਉਂਦਾ, ਮੈਂ ਹੁਣ ਘੰਟਾ ਹੋ ਗਿਆ ਡੇਢ ਮਿੰਟ ਸੁਣਦਿਆਂ ਨੂੰ ਤੇ ਸਾਡੀ ਟਾਈਮ ਘੱਟ ਹੈ, ਮੈਂ ਤੁਹਾਨੂੰ ਹੋਰ ਸਾਰੀਆਂ ਗੱਲਾਂ ਦੱਸ ਦੇਵੀ ਤੇ ਠੀਕ। ਜਿਹੜੇ ਤੁਸੀਂ ਪ੍ਰੋਗਰਾਮ ਛੇੜ ਰਹੇ ਹੋ ਬੜਾ ਮਜ਼ੇਦਾਰ ਜੀ। ਗੱਲ ਇਹ ਦਿਲ ਦੀ ਵੇਦਨਾ, ਸਾਡੇ ਦਿਲ ਦੀ ਤਕਲੀਫ ਹੈ, ਤੁਹਾਨੂੰ ਮਜ਼ਾ ਆਣ ਡਿਆ, ਇਦਾਂ ਨਾ ਕਹੋ। ਸਾਡੀ ਪੋਪ ਦੀ ਗੱਲ ਤੇ ਜਿਹਦਾ ਦੀ ਗੱਲ ਹੈ ਤੇ ਬੜਾ ਵੱਡਾ ਕੰਪੇਅਰ ਹੈ ਜੀ। ਹਾਂਜੀ, ਚਲੋ ਗੁਰੂ ਕਿਰਪਾ ਕਰੇਗਾ, ਅਸੀਂ ਗੰਭੀਰਤਾ ਨਾਲ ਇਸ ਤੇ ਵਿਚਾਰ ਕਰੀਏ, ਇਸ ਪਾਸੇ ਗੱਲ ਤੁਰੇ, ਇਹ ਬਹੁਤ ਵੱਡੀ ਗੱਲ ਹੋਏਗੀ। ਧੰਨਵਾਦ। ਹਾਂਜੀ, ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹੈਲੋ ਹੈਲੋ। ਹਾਂਜੀ ਹਾਂਜੀ, ਮੈਂ ਜੀ ਖਾਲਸਾ, ਮੈਂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਗੁਰਬਖਸ਼ ਸਿੰਘ ਢਿੱਲੋਂ। ਹਾਂਜੀ, ਕਿੱਥੋਂ ਵੀਰ ਜੀ? ਮੈਂ ਸਿਲਵਰ ਸਪ੍ਰਿੰਗ ਮੈਰੀਲੈਂਡ ਤੋਂ ਜੀ। ਹੁਕਮ ਕਰੋ ਢਿੱਲੋਂ ਸਾਹਿਬ। ਬਸ ਸਾਹਿਬ, ਜਸ ਪੰਜਾਬੀ ਤੇ ਗੁਰਚਰਨਜੀਤ ਸਿੰਘ ਹੋਣਾ ਦਾ ਪ੍ਰੋਗਰਾਮ ਵੇਖਦਾ ਸਾਂ। ਮੈਂ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ ਬੋਲ ਰਿਹਾ। ਅੱਛਾ, ਗੁਰਜਨ ਸਿੰਘ ਜੀ, ਵੈਜ ਖਾਲਸਾ ਵੈਜ। ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਸ਼ੋ ਵੇਖਦਾ ਪਿਆ ਸਾਂ ਜੀ, ਤੇ ਤੁਹਾਨੂੰ ਮੁਬਾਰਕਬਾਦ ਦੇਣੀ ਸੀ। ਠੀਕ ਹੈ। ਇਹ ਇੱਕ ਐਜੂਕੇਟਡ ਲੈਵਲ ਤੋਂ ਤੁਸੀਂ ਸ਼ੁਰੂ ਕੀਤਾ ਹੈ ਪ੍ਰੋਗਰਾਮ ਜੀ, ਥੋੜੇ ਜਿਹੇ ਸੁਝਾਅ ਨੇ ਜੀ, ਹੁਕਮ ਕਰੋ, ਦੱਸੋ ਜਰੂਰ ਦੱਸ ਦਿਓ ਤੁਸੀਂ। ਜੀ ਹਾਂ ਜੀ ਹਾਂ, ਇਹਨੂੰ ਦੱਸੋ, ਉਹ ਥੋੜੀ ਜੀ ਉਹਨੂੰ ਡਿਫਾਈਨ ਕਰਿਆ ਕਰੋ ਵੀ ਵੈਟੀਕਨ ਦੇ ਦਰਜੇ ਦਾ ਕੀ ਮਤਲਬ ਹੈ। ਬਹੁਤੀ ਜਨਤਾ ਜਿਹੜੀ ਆਪਣੀ ਹੈ ਜਿਹੋ ਜਿਹੀ ਹੈਗੀ, ਤੁਹਾਨੂੰ ਪਤਾ ਹੈ ਹਾਂਜੀ, ਉਹ ਬਹੁਤਾ ਨਹੀਂ ਸਮਝਦੇ। ਹਾਂਜੀ। ਤੇ ਦੂਸਰਾ ਇਹ ਆ ਵੀ ਤੁਸਾਂ ਮੁਬਾਰਕ ਇਹ ਤੁਹਾਨੂੰ, ਇਸ ਲਈ ਮੈਂ ਕਿਹਾ ਵੀ ਬੜਾ ਹੀ ਵੱਡਾ ਸੋਹਣਾ ਉਪਰਾਲਾ ਕੀਤਾ ਹੈ ਤੇ ਇੱਕ ਐਜੂਕੇਟਡ ਲੈਵਲ ਤੋਂ ਤੁਸੀਂ ਹਰ ਚੀਜ਼ ਵਿਖਾਉਣੀ ਸ਼ੁਰੂ ਕੀਤੀ ਹੈ ਤੇ ਪੀਟਰ ਚਰਚ ਵਿੱਚੋਂ ਜਿਹੜੀਆਂ ਫੋਟੋਆਂ ਜਾ ਕੇ ਲਈਆਂ ਨੇ ਵਿਖਾਈਆਂ ਨੇ ਦਰਜੇ ਵਾਰ, ਫਿਰ ਆਪਣੇ ਹਰਿਮੰਦਰ ਸਾਹਿਬ ਦੀਆਂ ਤੇ ਗੁਰਦੁਆਰਿਆਂ ਦੀਆਂ ਵਿਖਾਈਆਂ ਨੇ, ਨੰਗੇਜ ਵਾਜ ਦੀਆਂ ਫੋਟੋਆਂ ਜਿਹੜੀਆਂ ਵਿਖਾਈਆਂ ਤੁਸਾਂ, ਉਹ ਦੱਸਿਆ ਵੀ ਭਾਵਨਾ ਠੀਕ ਹੋਵੇ ਤੇ ਉਹ ਓਰਿਜਨਲ ਉਹਦੇ ਵਿੱਚ ਵੀ ਬੁਰਾਈ ਵਾਲੀ ਗੱਲ ਕੋਈ ਖਰਾਬੀ ਵਾਲੀ ਗੱਲ ਨਹੀਂ ਹੈ, ਜਿਹੜਾ ਦੱਸਿਆ ਤੁਸਾਂ ਬਈ ਆਪਣਾ ਧਰਮ ਬਿਨਾ ਰਾਜ ਬਿਨਾ ਨਾ ਧਰਮ ਚੱਲਿਆ, ਧਰਮ ਬਿਨਾ ਸਭ ਮਲੇ ਦਲੇ ਹੈ। ਸਤਿਗੁਰਾਂ ਨੇ ਬੜਾ ਸੋਚ ਸਮਝ ਕੇ ਅੰਮ੍ਰਿਤ ਬਾਣੀ ਜਿਹੜੀ ਹੈ ਆਪਣੇ ਹੱਥਾਂ ਨਾਲ ਲਿਖੀ ਹੈ, ਇਹ ਗੱਲ ਠੀਕ ਹੈ, ਪਰ ਨਾਲ ਇਹ ਉਪਰਾਲਾ ਜੇ ਕਰ ਸਕੀਏ ਵੀ ਜਿਹੜੇ ਗੁਰਸਿੰਘ ਆਪਣੇ ਵੱਖਰੋ ਵੱਖਰੀਆਂ ਜਥੇਬੰਦੀਆਂ ਥੱਲੇ ਆਪਣੇ ਆਪ ਨੂੰ ਲੀਡਰ ਸਮਝਦੇ ਨੇ ਵੀ ਮੈਂ ਹੀ ਕੌਮ ਦਾ ਲੀਡਰ ਹਾਂ, 26 ਮਿਲੀਅਨ ਕੌਮ ਮੇਰੇ ਥੱਲੇ ਆ ਤੇ ਦੂਸਰਿਆਂ
ਪਛਾੜਦੇ ਨੇ ਤੇ ਚੰਗਾ ਮਾੜਾ ਬੋਲਦੇ, ਜਿਹੜਾ ਪੰਜਾਬੀ ਜਾਮਣੇ ਆ ਉਹਨਾਂ ਦੀਆਂ ਲੱਤਾਂ ਵੱਢਦੇ ਨੇ, ਕਿਸੇ ਤਰੀਕੇ ਨਾਲ ਸ਼ੋਅ ਵਿੱਚ ਇਹ ਵੀ ਤਰੀਕੇ ਨਾਲ ਦੱਸਿਆ ਜਾਏ ਤੁਹਾਡੇ ਕੋਲ ਬੜੇ ਸੋਹਣੇ। ਚਲੋ ਅਸੀਂ ਜ਼ਰੂਰ ਕਰਾਂਗੇ ਸਮੇਂ ਦੀ ਘਾਟ ਕਰਕੇ, ਤੇ ਆਪਦੇ ਸੁਝਾਅ ਮੁਬਾਰਕ ਹਨ, ਤੇ ਸਾਡਾ ਮਕਸਦ ਇਹ ਹੀ ਹੈ ਕਿ ਕੌਮ ਦੇ ਵਿੱਚ ਚੇਤਨਤਾ ਆਏ ਔਰ ਇਹਨਾਂ ਗੱਲਾਂ ਨੂੰ ਖੁਦ ਵਿਚਾਰਨ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਹਰਪ੍ਰੀਤ ਸਿੰਘ ਬੋਲ ਰਹੇ ਜੀ, ਨਿਊਯਾਰਕ ਤੋਂ। ਹਾਂਜੀ ਵੀਰ ਜੀ, ਹਰਪ੍ਰੀਤ ਸਿੰਘ ਜੀ, ਇਹ ਸਭ ਤੋਂ ਪਹਿਲਾਂ ਤੇ ਪੰਜਾਬ ਦੇ ਜਿਹੜੇ ਦੁੱਖ ਦੇ ਬੱਦਲ ਨੇ ਨਾ, ਬਾਦਲ ਸਾਨੂੰ ਹਟਾਣੇ ਤਾਂ ਹੀ ਇਹ ਕੰਮ ਹੋ ਸਕਦਾ। ਉਹ ਇੱਕੋ ਬੰਦੇ ਤੇ ਲਾ ਜਾਂਦੇ ਘੁੰਮ ਫਿਰ ਕੇ, ਆਪਾਂ ਹੋਰ ਮਸਲੇ ਦੀ ਗੱਲ ਕਰੀਏ। ਚਲੋ ਠੀਕ ਹੈ, ਮੈਂ ਇਹ ਨਹੀਂ ਕਹਿੰਦਾ, ਪਰ ਅਸੀਂ ਸਿਧਾਂਤਕ ਤੌਰ ਦੇ ਉੱਤੇ ਕਦੀ ਕਿਸੇ ਦਾ ਗੁਲਾਮ ਨਹੀਂ ਸੀ ਹੋਇਆ ਜੀ, ਇਸ ਬੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁਲਾਮ ਕਰਕੇ ਰੱਖ ਦਿੱਤਾ। ਚਲੋ ਠੀਕ ਹੈ ਜੀ, ਧੰਨਵਾਦ ਤੁਹਾਡਾ। ਠੀਕ ਹੈ, ਬਹੁਤ ਬਹੁਤ ਧੰਨਵਾਦ, ਤੁਹਾਡਾ ਤੁਹਾਡਾ ਸੁਨੇਹਾ ਉਹਨਾਂ ਨੂੰ ਪਹੁੰਚ ਜਾਏਗਾ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਵੀਰ ਜੀ? ਯੂ ਆਰ ਆਨਲਾਈਨ। ਹਾਂਜੀ ਕੌਣ ਬੋਲ ਰਹੇ ਜੀ? ਹਾਂਜੀ ਹੁਕਮ ਕਰੋ ਵੀਰ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਵੈਸਟ ਵਰਜੀਨੀਆ ਤੋਂ ਬੋਲ ਰਿਹਾ। ਹਾਂਜੀ ਸਰ, ਹੁਕਮ ਕਰੋ ਤੁਸੀਂ। ਮੇਰਾ ਨਾਮ ਜੀ ਦਿਲਾਵਰ ਸਿੰਘ ਟੱਟ ਹੈ। ਹਾਂਜੀ ਹਾਂਜੀ, ਮੈਂ ਸਮਝ ਗਿਆ ਜੀ। ਦਿਲਾਵਰ ਸਿੰਘ ਜੀ, ਦੱਸੋ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਬਰੀਫਲੀ ਦੱਸੋ ਸਾਨੂੰ, ਅੱਧੇ ਮਿੰਟ ਵਿੱਚ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਆਪਣੇ ਜਿਹੜੇ ਸਿੰਘ ਸਾਹਿਬ ਆਉਂਦੇ ਨੇ ਜਦੋਂ ਆਪਣੇ ਬਾਹਰਲੇ ਟੂਰ ਤੇ, ਅਮਰੀਕਾ, ਇੰਗਲੈਂਡ ਜਾਂ ਕੈਨੇਡਾ ਵਗੈਰਾ, ਜੀ ਉਹ ਕਦੀ ਆ ਕੇ ਕਿਸੇ ਨੂੰ ਆਪਣਾ ਪੂਰਾ ਪ੍ਰੋਗਰਾਮ ਨਹੀਂ ਦਿੰਦੇ। ਹਾਂਜੀ, ਜਿਸ ਕਿਸਮ ਦੇ ਨਾਲ ਪ੍ਰਾਈਵੇਟ ਗੈਸਟ ਹੀ ਹੁੰਦੇ ਹੈਗੇ ਆ। ਠੀਕ ਹੈ ਠੀਕ ਹੈ, ਅਸੀਂ ਗੁਰਦੁਆਰਾ ਸਾਹਿਬ ਕਿਸੇ ਵੀ ਆਪਣੇ ਇਕੱਠੇ ਕਰਕੇ ਵੀ ਸਾਰੇ ਸੰਗਤ ਨੂੰ ਕਿਸੇ ਸੰਬੋਧਨ ਕੀਤਾ ਜਾਵੇ। ਬਿਲਕੁਲ, ਐਸਾ ਕੋਈ ਉਹਨਾਂ ਦਾ ਪ੍ਰੋਗਰਾਮ ਨਹੀਂ ਹੁੰਦਾ ਕਿ ਪ੍ਰਾਈਵੇਟਲੀ ਵਿਜ਼ਿਟ ਕਰਕੇ ਚਲੇ ਜਾਂਦੇ ਹੈਗੇ ਆ। ਅਸੀਂ ਇਹੀ ਗੱਲ ਕਰਨੀ ਚਾਹ ਰਹੇ ਹਾਂ ਬਾਰ ਬਾਰ ਕਿ ਜਦੋਂ ਪੋਪ ਦਾ ਪ੍ਰੋਗਰਾਮ ਬਣਦਾ ਹੈ, ਉਹ ਮੁਲਕ ਬਣਾਉਂਦਾ ਹੈ, ਪੂਰੀ ਦੀ ਪੂਰੀ ਕਮਿਊਨਿਟੀ ਬਣਾਉਂਦੀ ਹੈ, ਸਾਰਿਆਂ ਨੂੰ ਪਤਾ ਹੁੰਦਾ ਹੈ, ਉਹਦੀ ਪਬਲਿਸਿਟੀ ਹੁੰਦੀ ਹੈ, ਨਾ ਕਿ ਉਹ ਅਚਾਨਕ ਹੀ ਚੁੱਪ ਚੁਪੀਤੇ ਚਲੇ ਜਾਂਦੇ ਹੈ। ਸੋ ਇਸ ਦੀ ਲੋੜ ਹੈ, ਜਿਹੜੀਆਂ ਜੇਕਰ ਅਗਰ ਇਸ ਢੰਗ ਨਾਲ ਹੋਏਗਾ ਤਾਂ ਉਸ ਰੁਤਬੇ ਦੇ ਵਿੱਚ ਵਾਧਾ ਹੋਏਗਾ, ਜੇ ਉਹਨਾਂ ਦਾ ਰੁਤਬਾ ਵਧੇਗਾ ਤਾਂ ਉਸ ਕੌਮ ਦਾ ਵਧੇਗਾ ਜਿਹਨਾਂ ਨੂੰ ਉਹ ਬਿਲੋਂਗ ਕਰਦੇ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਹੈਲੋ, ਹਾਂਜੀ ਸਿਰ ਕੌਣ ਬੋਲ ਰਹੇ ਜੀ? ਜਸਵੀਰ ਬੋਲ ਰਹੀ ਹਾਂ। ਹਾਂਜੀ ਭੈਣ ਜੀ, ਦੱਸੋ ਜਸਵੀਰ ਜੀ। ਹਾਂਜੀ, ਮੈਂ ਫੋਨ ਕੀਤਾ ਸੀ, ਮੈਂ ਕਿਹਾ ਕਿ ਤੁਸੀਂ ਆਪਣਾ ਥੋੜਾ ਜਿਹਾ ਟਾਈਮ ਹੋਰ ਵਧਾ ਲਓ ਤੇ ਬੜੀ ਮਿਹਰਬਾਨੀ ਹੋਏਗੀ। ਹਾਂਜੀ, ਤੇ ਵਿਚਾਰ ਬਹੁਤ ਅੱਛੇ ਲੱਗਦੇ ਨੇ, ਬਹੁਤ ਅੱਛਾ ਤੁਸੀਂ ਗੱਲਾਂ ਸੁਣਾ ਜਾਂਦੇ ਹੋ ਸਾਨੂੰ ਸਭ ਨੂੰ। ਚਲੋ ਠੀਕ ਹੈ ਜੀ, ਟਾਈਮ ਹੋਰ ਵਧਾ ਦਿਓ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ, ਥੈਂਕ ਯੂ। ਹੈਲੋ ਹੈਲੋ, ਹਾਂਜੀ ਮੈਂ ਜੱਟ ਸਿੰਘ ਬੋਲਦਾ ਜੀ। ਹਾਂਜੀ ਬੋਲੋ ਜੀ। ਮੇਰਾ ਬਾਬਾ ਜੀ ਤੁਹਾਡਾ ਸ਼ੋਅ ਬਹੁਤ ਲਾਈਕ ਕਰਦਾ। ਹਾਂਜੀ, ਮੇਰਾ ਬਾਬਾ ਜੀ ਤੁਹਾਡਾ ਸ਼ੋਅ ਬਹੁਤ ਲਾਈਕ ਕਰਦਾ। ਅੱਛਾ ਜੀ, ਠੀਕ ਹੈ ਜੀ, ਓਕੇ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸੋ ਸਮਾਂ ਬਿਲਕੁਲ ਇਜਾਜ਼ਤ ਨਹੀਂ ਦਿੰਦਾ, ਤੁਸੀਂ ਕਹਿ ਰਹੇ ਹੋ ਸਮਾਂ ਵਧਾ ਦਿਓ, ਇੱਥੋਂ ਸਟੂਡੀਓ 'ਚ ਕਹਿ ਰਹੇ ਸਮਾਂ ਬੰਦ ਕਰੋ। ਸੋ ਬੇਨਤੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਬਹੁਤ ਅਹਿਮ ਹੈ ਕਿ ਇਸ ਦੇ ਨਾਲ ਪਹਿਲੀ ਗੱਲ ਤਾਂ ਹੈ, ਨਾ ਤਾਂ ਹਰਿਮੰਦਰ ਸਾਹਿਬ, ਜਿਸ ਨੂੰ ਸਹੀ ਕਿਹਾ ਆਪ ਦੇ ਦਰਸ਼ਕਾਂ ਨੇ ਕਿ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਜਿਸ ਦੇ ਬਾਰੇ ਗੁਰੂ ਸਾਹਿਬ ਨੇ ਖੁਦ ਕਹਿ ਦਿੱਤਾ ਇਹਦੀ ਤੁਲਨਾ ਨਹੀਂ ਹੋ ਸਕਦੀ, ਡਿੱਠੇ ਸੱਭੇ ਥਾਂ ਨਹੀਂ ਤੁਧ ਜਿਹਾ, ਇਸ ਦੀ ਇੱਕ ਇੱਕ ਸਿਲ ਦੇ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਪਏ ਹੈ, ਇਸ ਦੇ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਹਨ, ਔਰ ਕੇਵਲ ਉੱਥੇ ਪਹੁੰਚ ਜਾਣ ਦੇ ਨਾਲ ਉਹ ਸਥਾਨ ਆਜ਼ਾਦ ਨਹੀਂ ਹੋ ਜਾਂਦਾ, ਜਿਸ ਤਰ੍ਹਾਂ ਇਕਬਾਲ ਨੇ ਕਿਹਾ ਸੀ, ਮੁੱਲਾ ਕੋ ਜੋ ਹੈ ਮਸਜਿਦ ਮੇਂ ਜਾਣੇ ਕੀ ਇਜਾਜ਼ਤ, ਨਾਦਾਂ ਇਹ ਸਮਝਤਾ ਹੈ ਇਸਲਾਮ ਹੈ ਆਜ਼ਾਦ। ਗੁਰੂ ਕਿਰਪਾ ਕਰੇ ਹਰਿਮੰਦਰ ਸਾਹਿਬ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਰੁਤਬਾ ਬਹਾਲ ਹੋਏ ਜਿਸ ਤਰ੍ਹਾਂ ਦਾ ਗੁਰੂ ਸਾਹਿਬ ਵੇਲੇ ਸੀ, ਔਰ ਇੱਥੇ ਵੀ ਜਥੇਦਾਰ ਦਾ ਰੁਤਬਾ ਔਰ ਉਹਨਾਂ ਦਾ ਕਿਰਦਾਰ ਔਰ ਕੱਦ ਉਸ ਤਰ੍ਹਾਂ ਦਾ ਹੋਏ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਔਰ ਅਕਾਲੀ ਫੂਲਾ ਸਿੰਘ ਦਾ ਸੀ। ਇਹੀ ਸਾਡੀ ਤਮੰਨਾ ਹੈ, ਇਹੀ ਸਾਡੀ ਖਾਹਿਸ਼ ਹੈ, ਇਹੀ ਅਰਦਾਸ ਹੈ। ਆਪ ਜੀ ਨੂੰ ਬੇਨਤੀ ਹੈ, ਆਪ ਆਪਣੇ ਵਿਚਾਰ ਸਾਨੂੰ ਈਮੇਲ ਰਾਹੀਂ ਲਿਖ ਕੇ ਭੇਜਣੇ। ਸਾਡਾ ਪਤਾ ਹੈ info@jaspunjabi.com ਜਾਂ lamba@jaspunjabi.com। ਸਾਨੂੰ ਜ਼ਰੂਰ ਈਮੇਲ ਕਰਨੀਆਂ ਔਰ ਆਪਣੇ ਸੁਝਾਅ ਦੇਣੇ ਤਾਂ ਕਿ ਅਸੀਂ ਹੋਰ ਕਿਹੜੇ ਪ੍ਰੋਗਰਾਮ ਲੈ ਕੇ ਆਈਏ। ਅਗਲੇ ਮੰਗਲਵਾਰ ਇਸੇ ਸਮੇਂ 8:30 ਈਸਟਰਨ ਟਾਈਮ ਸ਼ਾਮ ਨੂੰ ਅਸੀਂ ਆਪ ਦੇ ਫਿਰ ਦਰਸ਼ਨ ਕਰਾਂਗੇ। ਸੋ ਇਸ ਪ੍ਰੋਗਰਾਮ ਤੋਂ ਹੁਣ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।